ਲਓ ਬਾਈ ਜੀਰੀਆਂ ਦਾ ਨਾ ਇਹ ਬੁਰਾ ਹਾਲ ਹੋ ਗਿਆ, ਜਿਹੜੀ ਵੀ ਉਹ ਪੱਕੀ ਜੀਰੀ ਦੀ ਬਿਲਕੁਲ ਦੇਖੋ ਦੇਖੋ ਹਾਲ ਬਾਈ, ਸਾਰੀ ਜੀਰੀ ਗਿਰ ਗਈ, ਸਾਰਾ ਮੀਂਹ ਕਰਕੇ ਬਸ ਬੰਦਾ ਦੱਸ ਕਿਆ ਕਰਾਂ ਕਿਆ ਨਹੀਂ। ਇਮਾ ਕਿਆ ਪੱਲਾ ਰਹਿ ਜਾ, ਜੀਰੀ ਜਦ ਗਿਰੀ ਨਹੀਂ ਉਹਦੇ ਪੱਲਾ ਥੋੜੀ ਕੁਛ ਰਹਿ ਗਿਆ। ਫਿਰ ਬਾਰਿਸ਼ ਦੇਖੋ ਮਿੱਤਰੋ ਕਿਸ ਤਰ੍ਹਾਂ ਪੜ ਰਹੀ ਆ। ਇੱਕ ਇਸ ਗੱਡੀ ਦਾ ਨਾ ਸ਼ੀਸ਼ਾ ਫਲੈ, ਮਤਲਬ ਪਹਿਲੀ ਗੱਡੀ ਦਾ ਮੇਰੇ ਕੋਲ ਫਲੈਟ ਤਾ, ਉਸ ਬਸ ਸਿੱਧੀ ਲਗਾ ਦੀ ਕਣੀਆਂ। ਇਸ ਬਾਅਦ ਦੇਖੋ ਕਿਸ ਤਰ੍ਹਾਂ ਉੱਪਰ ਨੂੰ ਜਾ ਰਹੀ ਸਾਲੀ ਚੜੀ, ਤੇ ਵਾਈਪਰ ਵੀ ਨਾ ਚਲਾ, ਕੰਮ ਖਰਾਬ ਤੋਂ ਮੀਂਹ ਕਰਾਗਾ। ਦਰਅਸਲ ਜੀਰੀਆਂ ਪੱਕੀ ਖੜੀਆਂ, ਇੱਕ ਦਾ ਬਾਈ ਬਰਸਾਤ ਕਰਕੇ ਵਾਹ ਹੋ ਜਾਣੀ, ਗਿੱਲੀ ਹੋ ਜਾਣੀ ਧਰਤੀ, ਵੱਢਣਾ ਔਖਾ ਹੋ ਜਾਣਾ। ਅੱਛਾ ਨਾ ਬਹੁਤੇ ਵੀਰ ਨੀ ਉਹ ਸੋਚਾਂ ਕਨਫਿਊਜ਼ ਹੋਵਾਂ ਬਈ, ਆਟੋਮੈਟਿਕ ਗੱਡੀ ਲੈ ਲਈ ਜੇ ਹੌਲੀ ਕਰਨੀ ਪੜ ਗਈ, 1000 ਰੁਪਏ ਵਧਾਉਣੇ ਪੜ ਗਏ, ਫਿਰ ਕਿਸ ਤਰ੍ਹਾਂ ਵਧਾਵਾਂਗੇ ਬਾਈ। ਇਹ ਆਟੋਮੈਟਿਕ ਵੀ ਹੋਵਾ, ਆਟੋਮੈਟਿਕ ਮਤਲਬ ਵੀ ਹੋਵਾ, ਇਹ ਮੈਨੂਅਲ ਵੀ ਚੱਲ ਜਾਇਆ, ਜਿਸ ਤਰ੍ਹਾਂ ਇਹ ਭਾਈ ਉਹ ਕੱਚੇ ਪੱਕੇ ਰਾਹ ਪਾ ਜਾਣਾ, ਇਹ ਆਪਣੇ ਆਪ ਬਾਈ ਦੂਸਰਾ ਗੇਅਰ ਵੀ ਲੈ ਲੇਗੀ, ਪਹਿਲਾ ਗੇਅਰ ਵੀ ਲੈ ਲੇਗੀ, ਆਪਾਂ ਨੇ ਆਪਣੇ ਹਿਸਾਬ 'ਤੇ ਜਾਣਾ। ਤਾਂ ਇਸ ਨੂੰ ਇੱਧਰ ਕਰ ਦਿਓ, ਇਹ ਮੈਨੂਅਲ ਹੋ ਗਈ ਬਾਈ। ਵੀ ਦੇਖੋ ਪਹਿਲਾ ਗੇਅਰ ਆ ਗਿਆ, ਜੇ ਦੂਸਰਾ ਕਰਨਾ ਉਹ ਦੇਖ ਦੂਸਰਾ ਹੋ ਗਿਆ ਬਾਈ। ਉਰੇ ਤਾਂ ਘੱਟ ਵੱਧ ਹੋ ਜਾਵੇ, ਜੋਨ ਸਾ ਕਰਨਾ ਕਰ ਲਓ, ਕੋਈ ਚੱਕਰ ਨਹੀਂ ਹੈ, ਕਿਉਂਕਿ ਇਸਮਾਂ ਨਾ ਪਾਵਰ ਕਲੱਚ ਹੋਆ ਇਸ। ਹਾਂਜੀ ਮਿੱਤਰੋ ਕੀ ਹਾਲ ਚਾਲ ਹੈ, ਉਮੀਦ ਕਰਾਂ ਬਾਈ ਥਾਵੇਂ ਸਾਰੇ ਹੋਣਗੇ ਵਧੀਆ, ਆਲ ਗੁੱਡ, ਆਪਾਂ ਵੀ ਵਧੀਆ ਬਾਈ। ਲਓ ਮਿੱਤਰੋ ਸਵੇਰ ਗਏ ਬਾਈ, 7 ਵਜਣੇ, ਮੈਂ ਸਿਰਫ 1 ਮਿੰਟ ਰਹਿ ਰਿਹਾ, ਚਲੋ 7 ਵਜੇ ਹੋ ਗਏ ਬਾਈ। ਬਾਕੀ ਮਿੱਤਰੋ ਅੱਜ ਜਾ ਰਿਹਾ ਪਿੰਡ ਨੂੰ, ਕਿਉਂਕਿ ਜੀਰੀ ਵਾਲਾ ਕੰਮ ਆਪਣਾ ਗਿਆ ਤਾਂ ਨਿਬੜ, ਔਰ ਘਰਾਂ ਵੀ ਆਪਾਂ ਨੂੰ ਦੇਖਣਾ ਕੰਮ ਕਾਰ ਕਿਆ ਹਿਸਾਬ ਕਿਤਾਬ, ਕਿਉਂਕਿ 1-2 ਦਿਨ ਤੋਂ ਆਪਣੇ ਜੀਰੀ ਵਿਕਣੇ ਕੇ ਚੱਕਰ ਮੈਂ ਲੱਗਿਆ ਬਾਈ। ਬਾਕੀ ਬਾਈ ਓਸ ਪੜਨ ਲੱਗੀ ਅੱਜ ਕੱਲ੍ਹ ਨਾ, ਬਿਲਕੁਲ ਪੂਰੀ ਗਿੱਲੀ ਹੋ ਰਹੀ ਉੱਪਰ ਤੇ ਗੱਡੀ। ਇਹ ਦੇਖ ਸਨ ਰੂਪ ਦਾ ਹਾਲ ਦਿਖਾਓ, ਜਿਹੜਾ ਆਪਾਂ ਕਹਿੰਦੇ ਸਨ ਰੂਪ, ਪਹਿਲਾਂ ਨਹੀਂ ਮੇਰੇ ਪਤਾ ਗੱਡੀ ਸਾਫ਼ ਪਾ ਦੀ, ਕਿਉਂ ਸ਼ੀਸ਼ਾ ਹੋ ਗਿਆ ਦੇਖੇ ਉੱਪਰ ਕਿਆ ਹਾਲ ਹੋਇਆ ਹੋਇਆ, ਕਿਉਂਕਿ ਓਸ ਜੰਮ ਜਾ ਬੁਰਾ ਹਾਲ ਹੋ ਜਾ ਬਾਈ ਉੱਪਰ, ਇਹ ਪੰਗਾ ਇਸ ਕੀ ਛੱਤ ਕੌਣ ਸਾਫ਼ ਕਰਾ ਕੌਣ ਨਹੀਂ। ਵੈਸੇ ਇਸਦਾ ਕੋਈ ਮੈਨੂੰ ਤਾਂ ਜ਼ਿਆਦਾ ਕੋਈ ਲਾਭ ਘਰ ਲੱਗਿਆ ਨਹੀਂ ਸਾਨੂੰ ਸੁਣਨ ਰੂਪ ਨਾ, ਵੀ ਹੈ ਚਲੋ ਬੱਚੇ ਬੁੱਚਿਆਂ ਦਾ ਤਾਂ ਚਲੋ ਕੋਈ ਹੋਇਆ, ਕਦੇ ਘਧਾਰ ਸਾਲੇ ਹੋ ਜਾਵਾਂਗੇ, ਬੱਚੇ ਬਾਹਰ ਨਿਕਲਣਗੇ, ਕਹਿੰਦਾ ਸਾਰਾ ਦਿਨ ਥੋੜ੍ਹੀ ਸਮਾਨ ਨਿਕਲੀ ਜਾਵਾਂਗੇ, ਜੋ ਕੋਈ ਐਡਾ ਫੀਚਰ ਮੈਨੂੰ ਨਹੀਂ ਲੱਗਾ ਹੈ, ਕੋਈ ਹੋਣਾ ਹੀ ਚਾਹੀਦਾ ਜਾਂ ਨਾ ਵੀ ਹੋਵੇਗਾ ਇਸ ਬਿਨਾਂ ਸਰ ਜਾ, ਕੋਈ ਚੱਕਰ ਨਹੀਂ ਹੈ, ਇਹ ਸਿਰਫ ਇੱਕ ਕਮੀ ਪੂਰੀ ਕਰ ਰਿਹਾ ਵੀ ਹਾਂ ਸਨ ਰੂਫ ਹੈ ਗੱਡੀ, ਹੋਰ ਕੁਛ ਨਹੀਂ। ਬਾਕੀ ਮਿੱਤਰੋ ਰਾਤ ਕੱਲ੍ਹ ਦਿਨ ਮਾਂ ਖੇਤ ਵਾਹ ਵੀ ਦੀ ਅਤੇ ਬਈ ਆਪਣੇ ਉਹ ਵੀ ਦੇਖਾਂ, ਸੁਪਰ ਸੀਡਰ ਮਰਾ ਦਿਆ ਤਾ ਉਹਨੂੰ, ਹਨਾ ਉਹ ਨਾ ਫਿਰ ਯਾਰ ਦਿਨ ਪੜੇ ਬਹੁਤ, 1 ਮਹੀਨਾ ਹੀ ਪੜਿਆ ਦਿਨ, ਕਿਆ ਬਹੁਤ ਪੜੇ, 1 ਮਹੀਨਾ ਪੜਿਆ ਪੂਰਾ ਬਾਈ ਉਸਨੂੰ, ਕਿਆ ਨਾਲ ਕਰਾਂ ਕਣਕ ਬੀਜਣੇ ਨੂੰ, ਯਾਲੀ ਸਤੰਬਰ ਹੋਇਆ ਆਪਾਂ ਬੀਜਾਂਗੇ ਨਵੰਬਰ ਕੇ ਪਹਿਲੇ ਹਫ਼ਤੇ ਮਾ ਜਾਂ ਅਕਤੂਬਰ ਕੇ ਲਾਸਟ ਮਾ, ਆਪਣਾ ਇਹੋ ਹੀ ਟਾਈਮ ਆ, ਤੋ 1 ਮਹੀਨਾ ਪੜਿਆ ਬਾਈ, ਅੱਜ ਸਤੰਬਰ ਕੇ ਲਾਸਟ ਡੇਟਾਂ ਚੱਲ ਰਹੀਆਂ ਬਾਈ, ਤੋ ਕਰਕੇ ਆਪਾਂ 1 ਮਹੀਨਾ ਪੜਾਇਆ ਆਪਾਂ। ਵੈਸੇ ਤਾਂ ਪਹਿਲਾਂ ਕਹਿ ਰਹੇ ਆਲੂ ਲਾ ਲਏ, ਮੈਂ ਤਾਂ ਮਾਮਾ ਜੀ ਨੂੰ ਕਿਹਾ ਆਲੂ ਲਾ ਲਓ ਜਾਂ ਮਟਰ ਲਾ ਲਓ, ਕਿਉਂ ਮੇਰੇ ਪਾ ਦਰਅਸਲ ਆਇਆ ਨਹੀਂ ਹੁੰਦਾ ਯਾਰ ਰੋਜ਼ ਰੋਜ਼, ਫਿਰ ਮੈਨੂੰ ਉਹ ਚੀਜ਼ ਜਿਹੜੇ ਹਵਾਨ ਸਬਜ਼ੀ ਕਰਨੇ ਵਾਲਾ ਕੰਮ ਇਸਮਾਂ ਫਿਰ ਬੰਦਾ ਚਾਹੀਦਾ ਰੂਟੀਨ, ਉਹ ਕਹਿ ਰਹੇ ਯਾਰ ਬਸ ਕੌਣ ਲਾਵਾ ਕੌਣ ਕਰਾਂ, ਮੈਂ ਵੀ ਫਿਰ ਘੋਲੀ ਕਰ ਰਿਹਾ ਥੋੜ੍ਹਾ ਜਿਹਾ, ਕਿਉਂਕਿ ਐਤਕੀ ਜੀਰੀਆਂ ਪਿੱਟੇ ਕਹਿ ਰਹੇ ਆਲੂ ਮਟਰ, ਕਿਉਂ ਸਾਰੇ ਲੋਕਾਂ ਨੇ ਬਾਸਮਤੀ ਜ਼ਿਆਦਾ ਲਾਈ ਹੋਈ ਤੀ ਪਹਿਲਾਂ ਵੱਡੇ ਹੋਏ ਦੇ, ਕਹਿ ਰਹੇ ਵੀ ਮਟਰ ਔਰ ਆਲੂ ਲੋਕਾਂ ਨੇ ਬਹੁਤ ਲਾਉਣੇ, ਕਿਉਂਕਿ ਮੰਦਾ ਪੀਟਿਆ ਹੋ ਕਿਸਾਨ ਸੋਚਿਆ ਜ਼ਿਮੀਂਦਾਰ ਕੀ ਸੋਚ ਹੋਵਾ ਵੀ ਕਹੀਂ ਨਾ ਕਹੀਂ ਤਾਂ ਕੱਢ ਲੈ, ਕਹਿ ਰਿਹਾ ਆਲੂ ਮਟਰ ਵੀ ਇਸਤਰੀ ਸਾਲਾ ਫਿਰ ਖੇਤਾਂ ਵਾਹਣਾ ਬੜਾ ਕਰ, ਕਿਹਨੂੰ ਖਰਚਾ ਕਰਨਾ ਖੇਤ ਵਿਹਲੇ ਰਹਿਣ ਦੇ, ਕਹਿ ਰਿਹਾ ਸਗਮਾ ਬਾਗਾ ਛੋੜਦੇ ਹਾਂ। ਮੈਂ ਕਿਹਾ ਚਲੋ ਠੀਕ ਆ, ਜਿਸ ਤਰ੍ਹਾਂ ਤੁਹਾਨੂੰ ਠੀਕ ਲੱਗਾ ਉਸ ਤਰ੍ਹਾਂ ਕਰ ਲਓ।
ਰੋਜ਼ ਰੋਜ਼ ਆਉਣਾ ਯਾਰ ਔਖਾ, ਰਸਤੇ ਬੰਦ ਕਰਕੇ ਜਾਣਾ ਔਖਾ ਨਹੀਂ, ਹਫ਼ਤੇ ਮੈਂ ਇੱਕ ਗੇੜਾ ਤੋਂ ਲਗੋ ਜਾ, ਕੋਈ ਚੱਕਰ ਨਹੀਂ ਹੈ, ਮੈਨੂੰ 40-45 ਮਿੰਟ ਲਗਾ ਘਰਾਂ ਦੇ ਬਾਈ, ਇਹਨੂੰ ਆਏ ਚਲੇ ਚੱਲ ਮੇਰਾ ਬਾਈ ਕੰਮ ਬਣ ਜਾ ਬਾਈ। ਲੋ ਬਾਈ ਖੇਤ ਦੇਖੋ ਐਨ ਵਧੀਆ ਬਣ ਗਏ ਬਾਈ, ਸੁਪਰ ਸੀਡਰ ਮਰਾ ਕੇ ਨਾ ਇਵਨਿੰਗ ਵਾਈਸ ਮਾ ਜਦ ਵਾ ਬੀਜਣੀ ਹੋ ਗਏ ਨਾ, ਰੋਣੀ ਕਰਾਂਗੇ ਉਸ ਤੋਂ ਪਹਿਲਾਂ ਬਸ ਵਾ ਲੱਗ ਕਰ ਦੇਂਗੇ, ਪਾਣੀ ਛੱਡਾਂਗੇ, ਗੱਲ ਤਾਂ ਕਬਾੜ ਜਿਹਾ ਦੱਬ ਜਾਣਾ ਨਜ਼ਾਰੇ 'ਤੇ, ਸਾਰਾ ਆਪਣਾ ਚੱਕਿਆ ਗਿਆ ਤਾਮ ਜਾਮ, ਫਾਇਦਾ ਹੋ ਜਾ ਯਾਰ, ਕਬਾੜ ਕਬੂੜ ਦੱਬ ਜਾ ਨਾ ਬਾਈ, ਪਹਿਲਾਂ ਅੱਗ ਲਾਵਾਂਗੇ ਇਕੱਠਾ ਬਣਾਵਾਂ ਯਾਰ, ਖਾਦ ਨਹੀਂ ਲੱਗਦਾ ਹੈ, ਮੈਂ ਖਾਦ ਲੱਗ ਜਾਏਗਾ ਜ਼ਮੀਨ ਉਹ ਬਣੀ ਆ ਕੁਛ ਨਾ ਕੁਛ, ਪਹਿਲਾਂ ਆਪਣੇ ਕੋਲ ਟਾਈਮ ਵੀ ਹੈ ਤਾਂ ਇੱਦਾਂ ਨਾ ਵੀ ਕੋਈ ਚੱਕਰ ਨਹੀਂ ਹੈ, ਵੀ ਕਿਸੇ ਨੂੰ ਦੁਬਾਰਾ ਜਿੱਦਣ ਵੀ ਜੀਰੀ ਲਾਉਣੀ ਹੋਵੇਗੀ, ਨਾ ਜੀਰੀ ਕਿਹੜਾ ਕਣਕ ਬੀਜਣੀ ਹੋਵੇਗੀ ਉਸ ਤੋਂ ਪਹਿਲਾਂ 10-15 ਦਿਨ ਪਹਿਲਾਂ 10 ਕੁ ਦਿਨ ਰੋਣੀ ਕੇ ਲੈ, ਕਿਉਂਕਿ ਅੱਜ ਕੱਲ੍ਹ ਮੌਸਮ ਬਹੁਤ ਫਰਕ ਪੜ ਜਾ, ਫਿਰ ਪਾਣੀ ਛੋੜਗਾ ਕਰਨੇ ਘਟਾ ਆਪਾਂ ਨਿਸਕੀ। ਲਓ ਬਾਈ ਚਨਾਰ ਥਲ ਪਹੁੰਚ ਗਿਆ, ਵੈਸੇ ਤਾਂ ਦੇਣੀ ਤੇ ਬਾਈਆਂ ਨੇ ਵਧਾਈ ਦੀ, ਬਾਈਆਂ ਨੇ ਨਾ ਆਪਣੇ ਅੰਮ੍ਰਿਤ ਹਰ ਜਿਹੜੇ ਉਹਨੇ ਥਾਰ ਲਈ ਆ, ਬਟ ਸਵੇਰ ਹੀ ਨਾ ਇਸ ਲਈ ਯਾਰ 7 ਵਜ ਰਹੇ, ਉਹਨੂੰ ਚੰਗਾ ਜਿਹਾ ਲੱਗਦਾ ਸਵੇਰ ਸਵੇਰੇ ਵਾਲੇ ਘਰਾਂ ਜਾ ਕੇ ਠਾਪ ਹੋ ਜਾਓ, ਫਿਰ ਕਿੱਦਣੀ ਦਿਨ ਦਿਨ ਜਾਵਾਂਗੇ ਨਾ ਫਿਰ ਵਾ ਕਰਾਂਗੇ, ਬਾਕੀ ਨਾ ਸਕੂਲ ਵੀ ਬੱਸ ਜਾ ਰਹੀ ਤੀ ਅੱਗਾ, ਅਰੇ ਇੰਨੀ ਹਾਂਸੀ ਆ ਰਹੀ ਬਾਈ, 21 ਬੱਚੇ ਨੂੰ 21 ਬੰਦਾ ਛੱਡਣਾ ਆ ਰਿਹਾ ਤਾਂ, ਕਿਉਂ ਬੈਗ ਉਹ ਇੰਨੇ ਭਾਰੀ ਹੋ ਗਏ ਬੱਚੇ ਮਠਾਈ ਨਹੀਂ ਜਾਂਦੇ ਬਾਈ, ਬੱਚੇ ਵਿਚਾਰੇ ਕਿਆ ਕਰਾਂ ਇਕੱਲੇ, 21 ਬੰਦੇ ਗੱਲ 21 ਬੱਚੇ ਗੱਲ, ਜੇ 20 ਬੱਚੇ ਖੜੇ ਤਾਂ 20 ਪਿੱਛਾ ਹੋਣਗੇ ਮਾਂ ਬਾਪ ਖੜੇ, ਤਾਂ ਕੋਈ ਦਾਦਾ ਦਾਦੀ ਖੜਾ, ਤਾਂ ਕੋਈ ਮੰਮੀ ਡੈਡੀ ਖੜਾ, ਤਾਂ ਉਹਨੂੰ ਕਹਾਂ ਬਾਈ ਕਿਉਂ ਬੈਗ ਇੰਨੇ ਭਾਰੀ ਹੋ ਗਏ ਕੌਨਵੈਂਟਾਂ ਸਕੂਲਾਂ ਵਿੱਚ, ਚਲੋ ਪੜ੍ਹਾਈ ਤਾਂ ਅੱਛੀ ਹੋ ਗਈ ਚਲੋ ਨੋ ਡਾਊਟ, ਆਪਣੇ ਤਾਂ ਬਹੁਤ ਸੁਧਾਰ ਆ ਬਾਈ, ਛੋਟੇ ਛੋਟੇ ਬੱਚੇ ਵੀ ਮਰਦੇ ਬਹੁਤ ਅੱਛੀ ਇੰਗਲਿਸ਼ ਬੋਲਦੇ ਆ ਬਾਈ, ਬਹੁਤ ਅੱਛੀ ਇੰਗਲਿਸ਼ ਬੋਲਦੇ ਆ, ਜਾਂ ਮਤਲਬ ਟਰਾਂਸਲੇਟ ਵੀ ਪੂਰਾ ਕਰ ਲਿਆ ਨਾ ਬੋਲਣੇ ਦਾ, ਮਤਲਬ ਜਿਹੜਾ ਲਹਿਜਾ ਹੋਇਆ ਪੂਰਾ ਵਧੀਆ ਹੋ ਗਿਆ, ਪਰ ਇਹਨਕੇ ਬਾਈ ਬੈਗ ਇਤਨਾ ਮਤੀ ਮਾਰ ਕੇ ਰੱਖਾ ਨਾ ਸਰੀਰ ਤੋਂ ਨਹੀਂ ਰਿਹਾ ਇਨਕਿਆ ਵਿਚਾਰਿਆਂ ਦਾ, ਬਹੁਤ ਔਖਾ ਕਰਦੀ ਆ, ਨਹੀਂ ਸਾਲਾ ਮਾਰੇ ਟਾਈਮਾਂ ਹੋਏ ਕਰਦਾ ਉਮਰ, 4 ਕਿਤਾਬਾਂ 4 ਕਾਪੀਆਂ ਹੋਣੀ ਬਸ ਘਰਾਂ ਦੇ ਬਠਾ ਦੀ, ਇੱਕ ਫਿਰੀ ਠਾ ਸਵੇਰੇ ਠਾਏ ਘਰਾਂ ਦੇ ਕਰਕੇ ਵੀ ਉੱਠ ਜਾਓ ਬਸ, ਫਿਰ ਤਾਂ ਚੱਲ ਮੇਰਾ ਭਾਈ ਇੱਧਰ ਨੂੰ, ਫਿਰ ਪਤਾ ਹੋਇਆ ਤਾਂ ਪਿੱਛਾ ਜੇ ਨਿਊ ਕਰੇ ਨਾ ਟਾਲ ਮਟੋਲੇ ਬਈ ਲਾਣੇਦਾਰ ਨੇ ਕੁੱਟਣਾ ਘੱਟ ਘੜੀਸਣਾ ਜ਼ਿਆਦਾ ਆ, ਚੱਕਾ ਬੈਗ ਭਰੀ ਖੜੇ ਦੇ ਹੋਏ ਘਰਾਂ ਦੇ ਬਸ ਬੱਸ ਕੇ ਲਾਗ ਵੀ ਹਾਂ ਬਸ ਆਉਣੇ ਵਾਲੀ ਹੈ, ਮੈਨੂੰ ਨਹੀਂ ਕਦੀ ਵੀ ਕੋਈ ਮੰਨ ਕੇ ਚੱਲ ਚਲੋ ਕਦੀ ਹੋ ਗਿਆ ਹੋਣਾ ਕੋਈ ਛੱਡਣ ਚਲਾ ਗਿਆ ਹੋਣਾ, ਨਹੀਂ ਕੋਈ ਨਹੀਂ ਬਾਈ ਕਦੀ ਛੱਡਣ ਗਿਆ, ਤੁਰਦੇ ਤਾਂ ਆਪ ਹੋ ਜਾ ਰਹੇ ਘਰਾਂ ਦੇ, ਪਰ ਚੱਲ ਮਾਰੇ ਮੈਂ ਬੈਗ ਬੁੱਗ ਭਾਰੀ ਨਹੀਂ ਦੇ ਬਾਈ ਮੰਨੋ ਇਸ ਤਰੀ ਦੇ, ਪਰ ਇੱਕ ਬਾਤ ਕਹਿੰਦੀ ਹੋਵਾ ਬਈ ਉਸ ਟਾਈਮ ਨਾ ਚਲੋ ਗੋਵਾਂ ਉਸ ਟਾਈਮ ਰਿਵਾਜ਼ ਹੈ ਹੀ ਨਹੀਂ ਤਾਂ ਇਸ ਚੀਜ਼ ਦਾ ਬਾਈ, ਜੇ ਆਪਾਂ ਆਪਣੇ ਡੈਡੀ ਮੰਮੀ ਨੂੰ ਕਹਿ ਨਹੀਂ ਸਕਦੇ ਹੈ, ਕਿਉਂਕਿ ਉਸ ਟਾਈਮ ਇਸ ਚੀਜ਼ ਦਾ ਕਰੇਜ਼ ਜਾਂ ਉਸ ਟਾਈਮ ਮਤਲਬ ਇਹਨਾਂ ਦਾ ਕੌਨਵੈਂਟ ਸਕੂਲਾਂ ਦਾ ਟ੍ਰੈਂਡ ਹੈ ਹੀ ਨਹੀਂ ਤਾਂ, ਪਿੰਡਾਂ ਵਾਂ ਸ਼ਹਿਰਾਂ ਵਾਂ ਤਾਂ ਹੋ ਗਿਆ ਤਾਂ ਵੀ ਇੰਗਲਿਸ਼ ਮੀਡੀਅਮ ਵਾਲਾ, ਪਰ ਪਿੰਡਾਂ ਵਾਂ ਨਹੀਂ, ਪਿੰਡਾਂ ਵਾਂ ਤਾਂ ਉਹੀ ਪੰਜਾਬੀ ਮੀਡੀਅਮ, ਜੇ ਕਹੀ ਨਹੀਂ ਹੋ ਨਾ ਸਾਲਾ, ਜਦ ਕਿਸੇ ਨੂੰ ਦੇਖਾ ਨਾ ਬਈ ਬੱਚਿਆਂ ਨੂੰ ਪਟਰ ਪਟਰ ਇੰਗਲਿਸ਼ ਬੋਲਾਂ ਨਾ ਵੀ ਜੇ ਹਾਂ ਕਦੇ ਉਸ ਟਾਈਮ ਸਾਲਾ ਕੌਨਵੈਂਟ ਸਕੂਲੋਂ ਪੜ੍ਹੇ ਹੁੰਦੇ ਨਾ, ਚਲੋ ਥੋੜ੍ਹਾ ਜਿਹਾ ਮਤਲਬ ਕਰਨੀ ਤਾਂ ਔਖੀ ਹੁੰਦੀ ਆਪਣੇ ਆਪ ਨੂੰ ਲੱਗਦਾ, ਪਰ ਜਿਹੜਾ ਲੈਂਗੁਏਜ ਵਾਲਾ ਬੈਰੀਅਰ ਤਾਂ ਇੱਕ ਤਾਂ ਇਹ ਉਹ ਟੁੱਟ ਜਾਂਦਾ, ਔਰ ਇੱਕ ਸਾਲਾ ਇੰਗਲਿਸ਼ ਦੇ ਫਾਹੇ ਵੱਢ ਦਿੰਦੇ ਬਾਈ, ਧੂੜਾਂ ਉਠਾ ਦਿੰਦੇ, ਕਿਸੇ ਪਿੱਛਾ ਮਾਰ ਖਾ ਰਹੇ ਇੰਗਲਿਸ਼ ਪਿੱਛਾ, ਚਲੋ ਆਪਣੇ ਜੋਗੇ ਦਾ ਆ ਬਈ ਆ ਨਿਊ ਤਾਂ ਕੋਈ ਚੱਕਰ ਨਹੀਂ ਹੈ, ਪਰ ਜੋ ਇੱਕ ਮਤਲਬ ਪੂਰਾ ਹੋਵਾ ਨਾ ਬਈ ਅੰਦਰ ਦੇ ਬੋਲਾ ਬੰਦਾ ਵੀ ਇਸ ਤਰ੍ਹਾਂ ਉਹ ਵਾਲੀ ਚੀਜ਼ ਥੋੜ੍ਹੀ ਰਹਿ ਗਈ, ਕੁਛ ਪੰਜਾਬੀ ਮੀਡੀਅਮ ਵਾਲੇ ਬੰਦੇ ਨੂੰ ਨਾ ਯਾਰ ਨਾ ਜੋ ਵਰਬਾਂ ਨਾਉਣ ਪਰ ਨਾਉਣ ਕਰਨੇ
ਬਹੁਤ ਸਾਲੇ ਔਖੇ ਸੇ ਲੈ, ਪਤਾ ਨਹੀਂ ਕਿਆ ਚੱਕਰ ਆ ਬਾਈ। ਹਾਂ ਬੱਚੇ ਕਰ ਲਏ ਆ ਬਾਈ, ਜਿਹਨੂੰ ਮਤਲਬ ਸ਼ਾਰਪਨੈਸ ਦਿਮਾਗ ਆ ਬਾਈ, ਉਹ ਕਰ ਵੀ ਲਏ ਆ, ਬਟ ਮਨ ਨੂੰ ਸਾਲਾ ਕਰਨਾ, ਕਿਉਂ ਪਹਿਲੇ ਹੀ ਚਲੋ ਠੀਕ ਦੇ ਪੜ੍ਹਾਈ ਮੈਂ ਤਾਂ ਮੈਂ ਠੀਕ ਦਾ ਨਹੀਂ ਹੁਣ ਕਹਿ ਸਕਦੇ ਵੀ ਜਮੀ ਡੈਡ ਤੇ ਪੜ੍ਹਾਈ ਮੈਂ ਠੀਕ ਦੇ, ਪਰ ਨਾ ਉਸ ਲੈਵਲ ਤੱਕ ਨਹੀਂ ਜਾ ਹੋਇਆ ਹੈ। ਮੈਥ ਮੂਥਮਾਂ ਐਨ ਵਧੀਆ ਨੰਬਰ ਲੈ ਕੇ ਕਰਦੇ ਵਧੀਆ ਸਟੱਡੀ ਦੀ, ਬਟ ਉਹੀ ਆ ਇੰਗਲਿਸ਼ ਉਂਗਲਿਸ਼ ਉਸ ਟਾਈਮ ਨਾ ਪੱਲਾ ਪੜੀ ਬਈ। ਮੈਂ ਤਾਂ ਅੱਠਵੀਂ ਨੌਵੀਂ ਦੇ ਵਰਬਾਂ ਲੈ ਗਾ, ਬਾਰਵੀਂ ਫਿਰ ਬੀ ਏ ਸਾਲਾ ਕੁਛ ਨਹੀਂ ਪੱਲਾ ਪੜਿਆ ਹੈ, ਇੰਗਲਿਸ਼ ਉਂਗਲਿਸ਼ ਮੈਂ ਬਹੁਤ ਘੱਟ ਆ ਰਿਹਾ ਜ਼ਿੰਦਗੀ ਮੈਂ। ਬਾਕੀ ਮਿੱਤਰੋ ਚੜ੍ਹ ਗਏ ਉਸ ਵਾ NH 44 ਪਰ, ਸਿੱਧਾ ਚਲਾਂ ਅੰਬਾਲੇ 'ਤੇ ਆਪਾਂ ਮੁੜ ਜਾਵਾਂਗੇ ਬਾਈ। ਨਹੀਂ ਆਪਾਂ ਨੂੰ ਪੂਰੇ ਤੇ ਗਣਕਾਂ ਨਾ ਪੂਰੇ, ਮੈਂ ਜ਼ਿਆਦਾ ਤਾਂ ਨਹੀਂ ਕਹਿੰਦਾ, ਜੇ ਕਰੂਜ਼ 'ਤੇ ਥੋੜ੍ਹਾ ਉੱਪਰ ਚਲਾਂ 100-110 ਵਾ, 35 ਮਿੰਟ ਨਹੀਂ ਲੱਗਦੇ ਹੈ, 30-35 ਮਿੰਟ ਦੇ ਵਿੱਚ ਵਿੱਚ ਵਗ ਜਾ ਗੱਡੀ, ਕਿਉਂ ਸਵੇਰ ਸਵੇਰੇ ਕੋਈ ਖੜ੍ਹਾ ਹੁੰਦਾ ਨਹੀਂ ਹੈ ਪੁਲਿਸ ਵਾਲਾ ਨਾ ਰੋਕਣ ਵਾਲਾ, ਬਟ ਫਿਰ ਵੀ ਮੈਂ ਆਰਾਮ 'ਤੇ ਹੀ ਜਾਊਂਗਾ ਬਾਈ, ਕਿਉਂ ਰਿਸਕ ਲੈਣਾ, ਆਪਾਂ ਨੂੰ ਕੋਈ ਕਾਹਲੀ ਨਹੀਂ ਹੈ। ਸ਼ਹਿਰ ਤੋਂ ਬਾਈ ਕੋਈ ਸੀ ਵਗ ਜਾਓ, ਚਲੋ ਆਪਣੇ ਆਪਣੀ ਜਗ੍ਹਾ ਸਾਰੇ ਠੀਕ ਆ, ਬਟ ਜਿਹੜੇ ਸ਼ਹਿਰ ਮੈਂ ਸਾਰੀ ਉਮਰ ਆਏ ਹੋਵਾਂ ਨਾ, ਉਸ ਸ਼ਹਿਰ ਕੀ ਸਾਲੀ ਗੱਲੇ ਅਲੱਗ ਹੋਵਾ ਬਾਈ। ਅੰਬਾਲਾ ਆ ਗਿਆ ਜਿਹੜੀ ਫੀਲਿੰਗ ਆਇਆ ਕਰਦੀ ਨਾ, ਚਾਹ ਮਹਿੰਗਾ ਚਾਹ ਸਸਤਾ ਸੀ ਉਹ ਤਾਂ ਮੈਨੂੰ, ਮੈਂ ਕੁਛ ਵੀ ਮੈਂ ਕਮੈਂਟ ਨਹੀਂ ਕਰਦਾ ਵੀ ਸਸਤਾ ਦਾ ਇਸ ਕਰਕੇ ਜੀ ਲਗਾ, ਪਰ ਜੋ ਉਰੇਗੀ ਫੀਲ ਤੀ, ਜੋ ਉਰੇਗਾ ਢੰਗ ਤਰੀਕਾ ਮੈਨੂੰ ਪਤਾ ਤਾ ਬਾਈ, ਇਕੱਲੇ ਇਕੱਲੇ ਚੱਪੇਗਾ, ਇਕੱਲੇ ਇਕੱਲੀ ਗਲੀ ਦਾ ਪਤਾ ਬਾਈ, ਕਿਉਂ ਪੂਰਾ ਆਉਂਦਿਆਂ ਨੂੰ ਘੱਟੋ ਘੱਟ ਵਹੀ 25-26 ਸਾਲ ਹੋ ਗਏ ਆਉਂਦਿਆਂ ਨੂੰ, ਨਿਆਣੇ ਹੋ ਕਰਾਂਦੇ ਬਿਲਕੁਲ ਛੋਟੇ ਛੋਟੇ ਹੋ ਕਰਾਂਦੇ ਬਾਈ, ਕਦੇ ਨਾ ਟੈਂਪੂ ਚੱਲੇ ਕਰਾਂਦੇ ਜਾਂ ਸਿੰਡੀਕੇਟ ਬੱਸਾਂ ਹੋ ਕਰਾਂਦੀ, ਤਾਂ ਬੱਸਾਂ ਚੱਲਦੀ ਨਹੀਂ ਮਾਰੇ ਇੱਧਰ ਤਾਂ ਚੱਲਦੀ ਨਹੀਂ ਸਿੰਡੀਕੇਟ ਬੱਸਾਂ, ਉਹ 5-5 ਰੁਪਏ ਕਿਰਾਇਆ ਲਾ ਕੇ ਵੀ ਆਏ ਕਰਾਂਦੇ, ਉਹ ਜ਼ਿੰਦਗੀ ਦੇ ਸਵਾਦ ਦੇਖੇਦਾ ਬਾਈ ਅੰਬਾਲਾ ਆ ਨਾ। ਇਹ ਸਾਲਾ ਅੰਬਾਲਾ ਬੰਦ ਪੜਿਆ ਨਾ ਇਸ ਤਰ੍ਹਾਂ ਲਗਾ ਵੀ ਬਹੁਤ ਸੁੰਨਾ ਸੁੰਨਾ ਜਿਹਾ ਲਗਾ, ਜਾਂ ਤਾਂ ਯਾਰ ਚਲੋ ਰਾਜਪੁਰਾ ਵੀ ਜਾਂ ਆ, ਬਟ ਜੋ ਫੀਲ ਉਰੇ ਕਿਤੇ ਨਾ ਵੀ ਹਾਂ ਯਾਰ ਅੰਬਾਲਾ ਅੰਬਾਲਾ ਹੀ ਆ ਬਾਈ, ਜਿਹਨੇ ਅੰਬਾਲਾ ਹੰਢਾਇਆ ਹੋਇਆ ਉਹਨੂੰ ਪਤਾ, ਕਿਉਂ ਕੁਛ ਇੱਕ ਡਿਸਟ੍ਰਿਕਟ ਆਉਣੇ ਕਰਕੇ ਸ਼ਹਿਰ ਬਹੁਤ ਬੜਾ ਬਾਈ, ਹਰੇਕ ਚੀਜ਼ ਮਿਲ ਜਾ, ਸਾਰਾ ਕੁਛ ਐਨ ਵਧੀਆ, ਮਤਲਬ ਰੇਟ ਵੀ ਜੈਨੂਅਨ ਆ ਬਾਈ, ਜੇ ਰੇਟ ਦੀ ਵੀ ਗੱਲ ਕਰਾਂ ਤਾਂ ਬਹੁਤ ਜੈਨੂਅਨ ਆ, ਉਰਾ ਸਾਲਾ ਨਜ਼ਾਰੀ ਵੱਖਰਾ ਵਾ ਬਾਈ। ਪਰ ਇਹ ਆਉਣੇ ਜਾਣੇ ਕੀ ਇੰਨੀ ਕੁ ਦਿੱਕਤ ਹੋਣ ਲੱਗੀ ਨਾ, ਬਸ ਪਤਾ ਨਹੀਂ ਕਦ ਖੁੱਲ੍ਹਾਗਾ ਬਾਈ ਧਰਨਾ, ਜਲਦੀ ਜਲਦੀ ਖੁੱਲ੍ਹਾ ਬਾਈ। ਬਾਕੀ ਵੋਟਾਂ ਆ ਗਈ ਜੀ ਬਾਈ ਹਰਿਆਣੇ, ਦੇਖੋ ਜੇ ਕਾਂਗਰਸ ਸਰਕਾਰ ਆ ਗਈ ਤਾਂ ਕਿਆ ਪਤਾ ਬਾਈ ਖੁੱਲ੍ਹ ਖਲ ਜਾ, ਤਾਂ ਬਹੁਤ ਵਧੀਆ ਹੋ ਜਾ ਕੰਮ ਬਾਈ, ਨਹੀਂ ਬੁਰਾ ਹਾਲ ਹੋਇਆ ਪੜਿਆ ਭੈਣ ਚੁੱਕਾ। ਇੱਕ ਥੋੜ੍ਹਾ ਜਿਹਾ ਰਸਤਾ ਖੋਲ੍ਹਣੇ ਦੇ ਬਾਈ ਕਿੰਨੇ ਲੋਕਾਂ ਦਾ ਚਲੋ ਭਲਾਈ ਹੋ ਗਈ, ਦੇਖੋ ਵਿਚਾਰੇ ਉਹ ਧੂਰ ਤੱਕ ਬਾਈ ਸਬਜ਼ੀ ਨਾ ਫਰੂਟਾਂ ਵਾਲੇ ਵੀਰ ਜਾ ਰਹੇ ਆ, ਨਹੀਂ ਨਾ ਵਿਚਾਰੇ ਘਰਾਂ ਬੈਠੇ ਤੇ ਵਿਹਲੇ ਹੋ ਗਏ ਤੇ ਕੋਈ ਕੰਮ ਹੈ ਨਹੀਂ ਤਾਂ ਬਾਈ, ਉਰਾ ਆਪਣਾ ਨਾ ਮੰਡੀ ਬਹੁਤ ਬੜੀ ਆ ਬਾਈ ਉਰਾ ਅੰਬਾਲਾ, ਉਰੇ ਤਾਂ ਸਸਤਾ ਮਾਲ ਪੜ ਜਾਂਦਾ, ਨਹੀਂ ਘਰਾਂ ਬੈਠੇ ਤੇ ਵਿਚਾਰੇ ਕੌਣ ਅੰਮ੍ਰਿਤਸਰ ਨੂੰ ਆਵਾ ਯਾਰ, ਇੰਨੇ ਕੁ ਬੱਚੇ ਤੇ ਨਹੀਂ ਜਿੰਨੇ ਕੁ ਤੇਲ ਫੂਕ ਜੋ, ਬੁਰੇ ਹਾਲ ਹੋ ਜੇ ਘਰਾਂ ਦੇ। ਇਹ ਥੋੜ੍ਹਾ ਜਿਹਾ ਸੁਧਾਰ ਹੋ ਰਿਹਾ ਬਾਈ, ਚਲੋ ਲੈ ਆਵਾਂ ਵਿਚਾਰੇ ਕੋਈ ਦਿਹਾੜੀ ਕਰਕੇ ਖਾਣੇ ਵਾਲਾ, ਇਹਨੂੰ ਤਾਂ ਉਹੀ ਆ ਬਈ ਚੱਲ ਬੱਚਿਆਂ ਦੇ ਮੂੰਹਾਂ ਕੋਈ ਪੜ ਜਾ ਗਏ ਯਾਰ, ਜੇ ਕੁਛ ਕਮਾਵਾਂਗੇ ਤਾਂ ਹੀ ਖਿਲਾਵਾਂਗੇ ਬੱਚਿਆਂ ਨੂੰ ਵੀ ਵਿਚਾਰੇ, ਨਹੀਂ ਬਹੁਤ ਔਖਾ ਹੋ ਗਿਆ ਤਾਂ ਦੂਰ ਨੂੰ ਘੁੰਮ ਕੇ ਆਉਣਾ ਬਹੁਤ ਔਖਾ ਯਾਰ, ਇਸ ਗੱਡੀਆਂ ਤਾਂ ਬੰਦਾ ਘੁੰਮ ਲਿਆ ਏ ਸੀ ਚੱਲ ਰਿਹਾ ਯਾਰ, ਚੱਲ ਘੰਟਾ ਡੇਢ ਬੈਠ ਜਾਗਾ, ਹੈ ਤਾਂ ਤੰਗੀ ਹੈ ਬਾਈ, ਕਿਆ ਕਰਾਂ ਕਿਆ ਨਾ ਕਰਾਂ ਬੰਦਾ। ਰਸਤੇ ਮੈਂ ਨਾ ਇੱਕ ਬੜੀ ਗੱਡੀ ਪਲਟ ਰਹੀ ਹੈ ਬਾਈ,
ਉਹ ਕਰਕੇ ਇੱਧਰ ਨੂੰ ਆਉਣਾ ਪੜ ਰਿਹਾ ਹੈ ਇਹ ਸਿੰਗਲ ਰਸਤਾ ਹਾਲੇ ਚਲੋ ਟ੍ਰੈਫਿਕ ਨਹੀਂ ਆਇਆ ਕਿਉਂਕਿ ਸਵੇਰ ਦਾ ਟਾਈਮ ਤਾਂ ਕਰਕੇ ਅੱਛਾ ਨਾ ਬਹੁਤੇ ਵੀਰ ਨਹੀਂ ਉਹ ਸੋਚਾਂ ਕਨਫਿਊਜ਼ ਹੋਵਾਂ ਬਈ ਆਟੋਮੈਟਿਕ ਗੱਡੀ ਲੈ ਲਈ ਜੇ ਹੌਲੀ ਕਰਨੀ ਪੜ ਗਈ ਜਾਂ ਆਰਪੀਐਮ ਵਧਾਉਣੇ ਪੜ ਗਏ ਫਿਰ ਕਿਸ ਤਰ੍ਹਾਂ ਵਧਾਵਾਂਗੇ ਬਾਈ ਜੋ ਆਟੋਮੈਟਿਕ ਵੀ ਹੋਵਾ ਆਟੋਮੈਟਿਕ ਮਤਲਬ ਵੀ ਹੋਵਾ ਜੋ ਮੈਨੂਅਲ ਵੀ ਚੱਲ ਜਾਇਆ ਜਿਸ ਤਰ੍ਹਾਂ ਜੋ ਆਪਾਂ ਜੋ ਕੱਚੇ ਪੱਕੇ ਰਾਹ ਪਾ ਜਾਣਾ ਜੋ ਆਪਣੇ ਆਪ ਬਈ ਦੂਸਰਾ ਗੇਅਰ ਵੀ ਲੈ ਲਏਗੀ ਪਹਿਲਾ ਗੇਅਰ ਵੀ ਲੈ ਲੇਗੀ ਆਪਾਂ ਨੇ ਆਪਣੇ ਹਿਸਾਬ 'ਤੇ ਜਾਣਾ ਤਾਂ ਇਸ ਨੂੰ ਇੱਧਰ ਕਰ ਦਿਓ ਇਹ ਮੈਨੂਅਲ ਹੋ ਗਈ ਬਾਈ ਵੀ ਦੇਖੋ ਪਹਿਲਾ ਗੇਅਰ ਆ ਗਿਆ ਜੇ ਦੂਸਰਾ ਕਰਨਾ ਉਹ ਦੇਖ ਦੂਸਰਾ ਹੋ ਗਿਆ ਬਾਈ ਉਰੇ ਤਾਂ ਘੱਟ ਵੱਧ ਹੋ ਜਾਵੇ ਜੋਨ ਸਾ ਕਰਨਾ ਕਰ ਲਓ ਕੋਈ ਚੱਕਰ ਨਹੀਂ ਹੈ ਕਿਉਂਕਿ ਇਸ ਮਾਂ ਨਾ ਪਾਵਰ ਕਲੱਚ ਹੋਇਆ ਇਸ ਮਾਂ ਬਹੁਤੇ ਬੰਦੇ ਸੋਚਾਂ ਕਲੱਚ ਨਹੀਂ ਹੈ ਤਾਂ ਗੇਅਰ ਕਿਸ ਤਰ੍ਹਾਂ ਪੜਾਗਾ ਇਹ ਮਾਂ ਪਾਵਰ ਕਲੱਚ ਹੋਵਾ ਬਾਈ ਉਹ ਆਪਣੇ ਆਪ ਮਤਲਬ ਜਿਸ ਤਰ੍ਹਾਂ ਵੀ ਕੋਈ ਮਕੈਨਿਕ ਆਪਣਾ ਕੋਈ ਬਣਿਆ ਹੋਵਾ ਕੋਈ ਹਿਸਾਬ ਕਿਤਾਬ ਕਿਸ ਤਰ੍ਹਾਂ ਕੰਮ ਕਰਾਂ ਕਿਸ ਤਰ੍ਹਾਂ ਨਹੀਂ ਥੰਮ ਜੋਨ ਸੀ ਗੇਅਰ ਮੈਂ ਚਲਾਉਣਾ ਚਾਹਾਂ ਗੱਡੀ ਉਸ ਗੇਅਰ ਮੈਂ ਚਲਾ ਸਕਾਂ ਜਿਸ ਤਰ੍ਹਾਂ ਮੈਨੇ ਪਹਿਲੇ ਪਾਰ ਕੀ ਤਾਂ ਪਹਿਲੇ ਮੈਂ ਹੀ ਮੈਂ ਨਾ ਸਾਰੇ ਰੇਸ ਦੇ ਕੇ ਲੰਘ ਸਕੂੰ ਮੰਨ ਗਿਆ ਚੱਲ 3000 ਆਰਪੀਐਮ ਤੱਕ ਹੋ ਆਟੋਮੈਟਿਕ ਹੈ ਨਾ ਉਸ ਤੋਂ ਉੱਪਰ ਫਿਰ ਆਪਣੇ ਆਪ ਗੇਅਰ ਫਕੜ ਲਈ ਮੰਨ ਗਿਆ ਚਲੋ ਕੋਈ ਚੜ੍ਹਾਈ ਚੜ੍ਹਾਉਣੀ ਪੜ ਗਈ ਮੈਨੂੰ ਇਵਨ ਤੋਂ ਜੇ ਜਿਹੜੀ ਆਪ ਮੈਨੂਅਲ ਗੱਡੀ ਹੋ ਸਕਦਾ ਪਹਿਲਾਂ ਪਾ ਦਈਏ ਪੂਰੀ ਰੇਸ ਦੇ ਕੇ ਚੜ੍ਹਾ ਦੇਂਗੇ ਆਪਾਂ ਜੇ ਆਪਾਂ ਸੋਚਾਂਗੇ ਯਾਰ ਆਟੋਮੈਟਿਕ ਗੱਡੀ ਕਿਸ ਤਰ੍ਹਾਂ ਚੜ੍ਹਾਂਗੀ ਇਸਪਾ ਨੂੰ ਵੀ ਉਹ ਤੋਂ 2000 ਬਾਅਦ ਆਪਣੇ ਆਪ ਗੇਅਰ ਬਦਲਣ ਲੱਗ ਜਾ ਵੀ ਉਦੋਂ ਪਰਾ ਚੱਕਰ ਤੋੜਨ ਲੱਗ ਜਾਏਗੀ ਜੇ ਕੁਛ ਨਹੀਂ ਹੁੰਦਾ ਮੈਨੂਅਲ ਹੋ ਜਾ ਬਾਈ ਇਹਨੂੰ ਫਕੜ ਕੇ ਪਹਿਲਾਂ ਗੇਅਰ ਰੱਖ ਪਾ ਦਿਓ ਫਿਰ ਕੋਈ ਚੱਕਰ ਨਹੀਂ ਜਹਾਂ ਚੜ੍ਹਾਉਣੀ ਹੈ ਚੜ੍ਹਾ ਦਿਓ ਬਾਈ ਪਹਿਲੇ ਗੇਅਰ ਮੈਂ ਹੀ ਚਲੀ ਜਾ ਗਈ ਵੀ ਪਹਿਲਾ ਗੇਅਰ ਲੱਗਿਆ ਵਾ ਜਿਸ ਤਰ੍ਹਾਂ ਮਰਜ਼ੀ ਚਲਾਓ ਬਾਈ ਹੌਲੀ ਚਲਾਉਣੀ ਹੌਲੀ ਚਲਾ ਲਓ ਤੇਜ਼ ਚਲਾਉਣੀ ਤੇਜ਼ ਚਲਾ ਲਓ ਇਸ ਕਾ ਉਹ ਕੋਈ ਫਰਕ ਨਹੀਂ ਹੁੰਦਾ ਹੈ ਵੀ ਯਾਰ ਆਟੋਮੈਟਿਕ ਮਤਲਬ ਆਪਣੇ ਆਪ ਗੇਅਰ ਲੈ ਲੇਗੀ ਜਾਂ ਹੌਲੀ ਕਿਸ ਤਰ੍ਹਾਂ ਚਲਾ ਗਈ ਕੋਈ ਚੱਕਰ ਨਹੀਂ ਹੁੰਦਾ ਬਾਈ ਇਹ ਬੜੀ ਗੱਡੀਆਂ ਮਤਲਬ ਚਲੋ ਇਹ ਮੈਨੂਅਲ ਵਾਲਾ ਆਪਸ਼ਨ ਆਵਾ ਬਾਈ ਛੋਟੀ ਗੱਡੀਆਂ ਦਾ ਮੈਨੂੰ ਪਤਾ ਨਹੀਂ ਵੀ ਆਵਾ ਕਿ ਨਹੀਂ ਆਉਂਦਾ ਹੈ ਨਹੀਂ ਪੈਡਲ ਸ਼ਿਫਟਰ ਆਵਾਂ ਉਸ 'ਤੇ ਉੱਪਰ ਚਲੇ ਜਾਵਾਂਗੇ ਤਾਂ ਉਸ ਮੈਂ ਪੈਡਲ ਸ਼ਿਫਟਰ ਆਵਾਂ ਪੈਡਲ ਸ਼ਿਫਟਰ ਦੇ ਗੇਅਰ ਚੇਂਜ ਹੋ ਜਾਣ ਉਸਕੇ ਬਾਈ ਜਿਹੜਾ ਕਰਨਾ ਉਹ ਕਰ ਲਓ ਆਪਣਾ ਤਾਂ ਵੀ ਪਹਿਲਾ ਗੇਅਰ ਜਿਸ ਤਰ੍ਹਾਂ ਹੌਲੀ ਆਉਣਾ ਬਿਲਕੁਲ ਤਾਂ ਪਹਿਲਾ ਗੇਅਰ ਲਾ ਲਓ ਕੋਈ ਚੱਕਰ ਨਹੀਂ ਬਾਈ ਜੇ ਜ਼ਿਆਦਾ ਤੇਜ਼ ਜਾਣਾ ਮੰਨ ਗਿਆ ਚੱਲ ਥੋੜ੍ਹਾ ਜਿਹਾ ਹੋਰ ਤੋਰੇ ਮੈਂ ਜਾਣਾ ਫਿਰ ਦੂਸਰਾ ਪਾ ਲਓ ਉਹ ਤੁਹਾਡੀ ਆਪਣੀ ਮਰਜ਼ੀ ਆ ਅੱਛਾ ਇਸ ਕਰਕੇ ਗੇਅਰ ਕੋਈ ਵੀ ਬਾਈ ਝਟਕਾ ਨਹੀਂ ਮਾਰਦਾ ਵੀ ਝਟਕਾ ਮਾਰਾਗਾ ਧੜ ਧੜ ਕਰਾ ਜਿਸ ਤਰ੍ਹਾਂ ਆਪਣੇ ਗੇਅਰ ਭੜੇ ਹੋਏ ਆਪਣੇ ਆਪ ਘੱਟ ਹੋ ਜਾਣੇ ਵੱਧ ਹੋ ਜਾਣੇ ਬਾਈ ਇਹ ਫਾਇਦਾ ਇਸ ਕਰਕੇ ਬਾਕੀ ਮਿੱਤਰ ਪਹੁੰਚ ਗਏ ਚਲੋ ਰੋਡ ਵਾ ਕਿਸ ਤਰ੍ਹਾਂ ਲੱਟਕ ਲੁਟਕਾਂ ਕਿਉਂਕਿ ਸਿੰਗਲ ਰੋਡ ਦਾ ਮੈਨੂੰ ਉਹ ਤਾਂ ਡਰ ਵੀ ਕੋਈ ਅੱਗੇ ਦੇ ਨਾ ਚੀਜ਼ ਆ ਜੇ ਅੱਗੇ ਦੀ ਚੀਜ਼ ਆ ਜਾਂ ਫਿਰ ਔਖਾ ਹੋ ਜਾ ਬਾਈ ਇੱਕ ਬਾਈ ਹੋਰ ਤਾਂ ਮੇਰੇ ਖਿਆਲ ਐਸ ਕਰੋਸ ਵਾਲਾ ਦੇਖ ਆਰ ਪੀ ਐਮ ਆਪਣੇ ਆਪ ਲੈ ਰਹੀ ਗੱਡੀ ਦੇਖ ਬਦਲਣ ਗੇਅਰ ਇਹ ਚੱਕਰ ਹੋਆ ਬਾਈ ਜੇ ਆਟੋਮੈਟਿਕ ਹੁੰਦੀ ਫਿਰ ਇਹਨੂੰ ਆਟੋਮੈਟਿਕ ਕਰ ਦਿਓ ਫਿਰ ਵੀ ਮੈਂ ਕੁਛ ਵੀ ਨਹੀਂ ਕਰਨਾ ਮੈਨੂੰ ਆਟੋਮੈਟਿਕ ਕਰ ਦੇ ਇਹ ਆਪਣੇ ਆਪ ਗੇਅਰ ਲੈ ਜਾਣਾ ਜੇ ਮੈਨੂਅਲ ਕਰਾਂਗੇ ਤਾਂ ਮੈਨੂਅਲ ਆਪਣੇ ਆਪ ਗੇਅਰ ਚੱਕਾਗੀ ਜਿਹੜੇ ਮਰਜ਼ੀ ਗੇਅਰ ਮੈਂ ਚਲਾ ਲਓ ਪਹਿਲੇ ਮੈਂ ਚਲਾਓ ਦੂਸਰੇ ਮੈਂ ਚਲਾਓ ਤੀਸਰੇ ਮੈਂ ਚਲਾਓ ਬਹੁਤੇ ਵੀਰ ਕਹਿੰਦੇ ਡਰੈਗ ਰੇਸ ਕਰਨੀ ਹੋਵਾਂ ਮੈਨੂੰ ਕਰ ਸਕਾਂ ਬਾਈ ਕੋਈ ਚੱਕਰ ਨਹੀਂ ਹੈ ਡਰੈਗ ਰੇਸ ਕਰੋ ਕੁਛ ਕਰੋ ਜਿਸ ਨੂੰ ਮਤਲਬ ਜੋ ਕਰਨਾ ਉਹ ਕਰੋ ਇਸ ਗੱਲ ਕੋਈ ਚੱਕਰ ਨਹੀਂ ਹੈ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ ਹੈ ਪਹਿਲੇ ਮੈਂ ਚਲਾਓ ਦੂਸਰੇ ਮੈਂ ਚਲਾਓ ਤੀਸਰੇ ਮੈਂ ਚਲਾਓ ਜਹਾਂ ਤਾਰਿਆ ਦਿਲ ਮੰਨਾਗਾ ਵਹਾਂ ਚਲਾਓ ਅੱਛਾ ਬਹੁਤੇ ਵੀਰ ਕਹਿੰਦੇ ਆ ਰੋਡ ਵਾ ਨਾ 90 ਕਿਉਂਕਿ ਉਹ ਨਾ ਬਾਈ ਮਤਲਬ 90-95 ਵਜਾ ਕੇ ਛੇਵਾਂ ਗੇਅਰ ਲਏ ਆ ਯਾਰ ਮਾਰੀ ਰੋਡ ਦੀ ਸਪੀਡ 80 ਆ ਯਾਰ ਮਾਨੂੰ ਫਿਰ ਵੱਲ ਆਉਣਾ ਪੜਾ ਬਾਈ ਛੇਵਾਂ ਇੱਧਰ ਦੇ ਗੇਅਰ ਕਰ ਲਓ ਜੇ ਰੋਡ ਦੀ ਸਪੀਡ ਜ਼ਿਆਦਾ ਨਹੀਂ ਤੁਹਾਨੂੰ ਐਵਰੇਜ ਦਾ ਚੱਕਰ ਆ ਵੀ ਐਵਰੇਜ ਨਹੀਂ ਦਿੰਦੀ ਗੱਡੀ ਜਿਸ ਤਰ੍ਹਾਂ ਤੁਹਾਨੂੰ ਠੀਕ ਲੱਗਾ ਬਾਈ ਉਸ ਤਰ੍ਹਾਂ ਕਰ ਸਕਾਂ ਕੋਈ ਚੱਕਰ ਨਹੀਂ ਆਉਂਦਾ ਹੈ ਬਾਕੀ ਮੈਂ ਤਾਂ ਕਹੂੰ ਜਿੰਨੇ ਵੀ ਬੰਦੇ ਜੇ ਕੋਈ ਆਪਾਂ ਅਫੋਰਡ ਕਰ ਸਕਾਂ ਬਾਈ ਤਾਂ ਆਟੋਮੈਟਿਕ ਲਓ ਆਟੋਮੈਟਿਕ ਚਲਾਉਣੇ ਦਾ ਸਾਲਾ ਫੀਲ ਹੀ ਲੱਗਾ ਬਾਈ ਗੱਡੀ ਛੋਟੀ ਲੈ ਲਓ ਪਰ ਆਟੋਮੈਟਿਕ ਜਿੰਨੇ ਆਟੋਮੈਟਿਕ ਚਲਾ ਲਈਆਂ ਤਾਂ ਦੂਸਰੀ ਗੱਡੀ ਚਲਾਉਣੇ ਦਾ ਇੰਨਾ ਕੁ ਨਜ਼ਾਰਾ ਵਾ ਨਾ ਇੰਝ ਬੈਠੇ ਜਾਣਾ ਬਸ
ਜਾਂ ਵਗੇਰ ਪਾਉਣਾ ਸੀਗਾ, ਜਾਂ ਘਰਾਂ ਦੇ ਕੱਢਣੀ ਆ, ਜਾਂ ਫਿਰ ਜਦੀ ਕੱਢਣਾ ਵਗੇਰ ਪੜਾ ਬਸ, ਜਦ ਆਪਾਂ ਨੇ ਕਹੀਂ ਜਾਣੀ ਆ ਬਸ ਪਹੁੰਚ ਕੇ ਆਪਣੀ ਡੈਸਟੀਨੇਸ਼ਨ ਨੂੰ। ਨਹੀਂ ਵਿੱਚੋਂ ਖੜਿਆ ਤਾਂ ਬ੍ਰੇਕ ਉਹ ਪੈਰ ਰੱਖਿਆ ਹੋਇਆ, ਹਲਕਾ ਜਿਹਾ ਬ੍ਰੇਕ ਉਹ ਪੈਰ ਰੱਖ ਲਓ, ਖੜੀ ਰਹਿ ਗਈ ਛੋਡੋ ਆਪਣੇ ਆਪ ਚੱਲ ਪੜਨਾ ਬਾਈ। ਉਹ ਨਜ਼ਾਰਾ ਲੜਾ, ਇਸਨੇ ਤਾਂ ਪੈਸੇ ਲਵਾਏ ਆ। ਤਾਂ ਮਿੱਤਰੋ ਪਹੁੰਚ ਗਏ ਘਰਾਂ ਬਾਈ, 7 ਵਜੇ ਚੱਲੇ ਤੇ 8:30 ਪਹੁੰਚ ਗਏ, ਟਾਈਮ ਘੱਟੋ ਲੱਗਿਆ ਥੋੜ੍ਹਾ, 1/2 ਘੰਟਾ ਲੱਗਾ ਇਸ ਰਸਤੇ ਕਰਨ, ਪਰ ਆਪਣਾ ਗੌਂ ਕੇ ਲਾ ਕੋ ਆ ਰਸਤਾ, ਇਸ ਕਰਕੇ ਥੋੜ੍ਹੀ ਬੱਚਤ ਰਹਿ ਜਾ ਬਾਈ। ਲਓ ਮਿੱਤਰੋ ਟਾਈਮ ਹੋ ਗਿਆ ਬਾਈ 10:19 ਹੋ ਗਏ ਬਾਈ, 8 ਵਜੇ ਤੋਂ ਆਈ ਤੇ ਫਿਰ ਦੁਬਾਰਾ ਚੱਲ ਪੜੇ ਰਾਜਪੁਰਾ, ਥੋੜ੍ਹਾ ਜਿਹਾ ਕੰਮ ਆ ਬਾਈ, ਤਾਂ ਅੱਜ ਬਰਸਾਤ ਵੀ ਪੜਨ ਲੱਗੀ ਬਾਈ, ਜਿਹੜੀ ਚੀਜ਼ ਦਾ ਡਰ ਤਾਂ ਬਰਸਾਤ ਕਰਕੇ ਯਾਰ, ਉਹ ਤਾਂ ਜਿਹੜੀ ਨਾ ਆਪਣੀ ਜੀਰੀਆਂ ਹਲੀ ਟਾਈਮ ਹੈ ਤਾਂ ਜੀਰੀਆਂ ਵਾਂ, ਉਹ ਥੋੜ੍ਹੀ ਜਿਹੀ ਯਾਰ ਫਿਰ ਕੰਮ ਖਰਾਬ ਕਰਾਂਗੇ, ਕੰਮ ਖਰਾਬ ਕਿਆ ਕਰਾਂਗੇ ਬਸ, ਕੰਮ ਖਰਾਬ ਤਾਂ ਮੀਂਹ ਕਰਾਂਗਾ। ਦਰਅਸਲ ਜੀਰੀਆਂ ਪੱਕੀ ਖੜੀਆਂ, ਇੱਕ ਤਾਂ ਬਾਈ ਬਰਸਾਤ ਕਰਕੇ ਵਾਹ ਹੋ ਜਾਣੀ, ਗਿੱਲੀ ਹੋ ਜਾਣੀ ਧਰਤੀ, ਵੱਢਣਾ ਔਖਾ ਹੋ ਜਾਣਾ, ਵਾਹਣ ਜੀਰੀ ਗਿੱਲੀ ਹੋ ਜਾਣੀ, ਟਰਾਲੀਆਂ ਕੱਢਣੀ ਔਖੀ ਹੋ ਜਾਣੀ, ਸਾਰੇ ਕੰਮ ਔਖੇ ਹੋ ਜਾਣੇ ਬਾਈ, ਜੇ ਬਰਸਾਤ ਨਾ ਪੜਾ ਤਾਂ ਉੱਚੀ ਬਾਤ ਆ ਬਾਈ, ਹਾਲੀ 2-3 ਦਿਨ ਕੀ 10 ਰੁਪਏ ਆ, ਦੇਖੋ ਕਿਆ ਬਣਾਗਾ ਕਿਆ ਨਹੀਂ ਬਾਈ, ਥੋੜ੍ਹਾ ਜਿਹਾ ਡਰ ਜਿਹਾ ਲਗਾ, ਕਿਉਂ ਜ਼ਿਮੀਂਦਾਰ ਕੀ ਬਾਈ ਉਹੀ 6 ਮਹੀਨੇ ਕੀ ਫਸਲ ਆ, ਬਹੁਤ ਪਿਆਰ ਗੈਲ ਬਹੁਤ ਉਸ ਗੈਲ ਬੱਕਰੀ ਹੋਈ ਬਾਈ, ਇਹ ਵਿਸਾਲਾ ਨਹੀਂ ਲਗਾ ਬਈ ਕੁਛ ਹੋ ਨਾ ਜਹਾ, ਕੁਛ ਹੋ ਨਾ ਜਹਾ, ਕੁਛ ਹੋ ਨਾ ਜਹਾ। ਬਾਕੀ ਮਿੱਤਰੋ ਵਿਸ਼ਾਲ ਨੂੰ ਲੈ ਕੇ ਆਉਣਾ ਪਹਿਲਾਂ, ਵਿਸ਼ਾਲ ਪਚਾਉਣਾ, ਬਾਕੀ ਨਾ ਆਪਾਂ ਜਿਹੜੇ ਅਮਾਊਂਟ ਗੈਲੇ ਸਕਰੀਨ ਰਿਕਾਰਡਿੰਗ ਕਰ ਰਹੇ ਹਾਂ, ਸਕਰੀਨ ਕਹਿ ਰਿਹਾ ਵੀਡੀਓ ਰਿਕਾਰਡ ਕਰ ਰਹੇ ਹਾਂ, ਇਹੋ ਜਿਹੇ ਨਾ ਅਮਾਊਂਟ ਚਾਹੀਦੇ ਨੇ, ਲੈਣਾ ਬਾਈ ਸੋਨੀ ਲੈਕਸ ਕੰਪਨੀ ਕੇ ਮੈਂ ਹਾਂ ਮੋਬਾਈਲ ਹੋਲਡਰ, ਐਸੇ ਹੋਲਡਰ ਚਾਹੀਦੇ ਆਪਾਂ ਨੂੰ, ਬਟ ਨਾ ਮਿਲ ਨਹੀਂ ਰਹੇ ਯਾਰ, ਪਤਾ ਨਹੀਂ ਤਾਂ ਉਹਨੇ ਐਮਾਜੋਨ ਪਤਾ ਉਹਨੂੰ ਘੱਟ ਆਈ ਐਪ ਖਤਮ ਹੋ ਗਿਆ, ਅਰ ਮੂਵੀ ਨਹੀਂ ਸਾਲੀ ਕੰਪਨੀ ਦੀ ਸਾਈਟ ਖੁੱਲ ਰਹੀ ਸੋਨੀ ਲੈਕਸ ਦੀ, ਜੇ ਕਿਸੇ ਵਾ ਕਹੀਂ ਦੁਕਾਨ ਧਰੇ ਹੋਵਾਂਗੇ ਨਾ ਬਾਈ ਹੋਲਡਰ, ਜੇ ਉਹ ਜ਼ਰੂਰ ਦੇਖ ਕੇ ਯਾਦ ਕਰ ਲਿਆ ਯਾਰ ਬਾਈ ਮੈਨੂੰ ਕਰੀਓ ਕੰਟੈਕਟ, ਜੇ 3-4 ਹੋਵਾਂਗੇ 3-4 ਲੈ ਲੂੰਗਾ, ਨਹੀਂ ਨਾ ਖਰਾਬ ਮਤਲਬ ਸੌਖੇ 'ਚ ਖਰਾਬ ਤਾਂ ਨਹੀਂ ਹੁੰਦੇ, ਕਿਉਂਕਿ ਚਿਗੜ ਬਹੁਤ ਆ, ਇੱਕ ਫੋਨ ਫਕੜਨੇ ਦੀ ਸ਼ਮਤਾ ਜ਼ਿਆਦਾ, ਚੱਕਰ ਉਹ ਆ ਇਨਵਾ ਨਾ ਵਾ ਹੋ ਗਿਆ ਵੀ ਜਿਹੜੇ ਹਿੱਲਣੇ ਕੀ ਹੋਆ ਨਾ ਉਹ ਪੰਗਾ ਹੋ ਜਾ, ਥੋੜ੍ਹਾ ਹਿੱਲਣ ਲੱਗ ਜਾਣ, ਸ਼ੇਕਿੰਗ ਕਰਨ ਲੱਗ ਜਾਣ ਥੋੜ੍ਹੇ ਫੋਨ, ਫਿਰ ਉਹ ਵੀਡੀਓ ਮੈਂ ਦਿੱਕਤ ਆ, ਤਾਂ ਉਹ ਕਰਕੇ ਜੇ ਕੋਈ ਨਵੇਂ ਕਿਸੇ ਪੜੇ ਹੋਵਾਂਗੇ ਨਾ ਉਹ ਵੀ ਦੱਸੀ ਯਾਰ, ਬਾਕੀ ਪਾਣੀ ਬਹੁਤ ਕਾਫੀ ਭਰ ਗਿਆ ਦੇਖੋ ਖੱਡੇ ਖੁੱਡਿਆ, ਬਾਕੀ ਵਿਸ਼ਾਲ ਦੇਖਾਂ ਵਿਸ਼ਾਲ ਨੂੰ ਘਰੇ ਦਾ ਹੈ ਫੋਨ ਮਾਂ ਤਿਆਰ ਹੀ ਹੈ, ਉੱਠ ਹੋ ਰਿਹਾ ਤਾਂ ਅੱਖਾਂ ਸੀ ਮਾੜਾ ਜਿਹਾ, ਕਹਿ ਰਿਹਾ ਚੱਲ ਹੋਊ ਆ, ਮੈਂ ਚੱਲ ਹੋ ਜਾ ਭਾਈ, ਚੱਲ ਹੋਊ ਗਿਆ ਮੈਂ ਹੋ ਜਾ ਭਾਈ, ਇੱਕ ਤਾਂ ਬਾਈ ਪਤਾ ਨਹੀਂ ਕਿਆ ਚੱਕਰ ਹੋਣ ਕਿ ਨਹੀਂ, ਪਹਿਲਾਂ ਵੀਡੀਓ ਸਟਾਰਟ ਕਰਨ ਦਾ ਜਿਹਦੀ ਕੋਈ ਵੀ ਆਪਣਾ ਸ਼ਬਦ ਗਾਣਾ ਲੱਗ ਰਿਹਾ ਜਿਹਦੀ ਬੰਦ ਹੋ ਜਾਏਗਾ ਤਾਂ, ਪਰ ਇਹ ਵੀ ਨਹੀਂ ਬੰਦ ਹੁੰਦਾ, ਬਾਕੀ ਵਿਸ਼ਾਲ ਵੀ ਆ ਗਿਆ ਯਾਰ, ਉਹ ਕਰ ਰਿਹਾ ਤਾਂ ਮੈਂ ਕੰਪਨੀ ਹੈ ਨਾ ਸੋਨੀ ਲੈਕਸ ਗਦੇ ਬਾਈ ਇਸਤਰੀ ਮਾਰਦੇ ਆ ਆਪਾਂ ਨਜ਼ਰ ਨਜ਼ਰ ਵਜਰ ਦੇ ਬਚਾਣੇ ਕਰਕੇ ਮਾਰਨੀ ਬੜਾ ਬਾਈ ਕਹੀਂ ਨਾ ਕਹੀਂ ਤੋਂ, ਹੋਰ ਨਹੀਂ ਥੋੜ੍ਹੀ ਚੱਲਾ ਕੰਮ
ਪਾਣੀ ਪਾਣੀ ਹੋ ਗਿਆ ਹੈ ਨਾ, ਜਿਹੜਾ ਹਫ਼ਤਾ ਮੀਂਹ ਨਹੀਂ ਪਿਆ ਸਾਰੀ ਹਫ਼ਤੇ ਹੀ ਗਜ਼ਰ ਕੱਢ, ਤਾਂ ਹੀ ਤਾਂ ਹੁੰਮਸ ਹੋ ਰਹੀ ਸੀ ਜਿਹੜੀ, ਉਹ ਹੁੰਮਸ ਹੋ ਰਹੀ ਸੀ ਇਤਨੀ ਗਰਮੀ ਕਹਿ ਰਹੇ ਤੇ ਆਪਾਂ ਗਰਮੀ ਹੋ ਰਹੀ ਹੈ ਗਰਮੀ ਹੋ ਰਹੀ ਹੈ ਇਹ ਸਾਰੀ ਸੀ ਗੀ ਭੈਣ। ਕੱਲ ਮੌਕਾ ਤਾਂ ਕੱਲ ਸੈੱਟ ਵੈਨ ਸੰਜੇ ਟਾਈਮ ਨਾ ਚਾਚਾ ਮੈਨੂੰ ਕਹਿ ਵੀ ਰਿਹਾ ਖੇਤ ਬਾਦੇ ਬਾਦੇ, ਮੈਂ ਸਵੇਰੇ ਬਾਉਂਗੂ ਕਿਹੜਾ ਮੀਂਹ ਪੜਨਾ, ਉਹ ਸਵੇਰੇ ਉੱਠ ਕੇ ਦੇਖਿਆ ਅੱਗਾ। ਨਾ ਨਾ ਇਹ ਆ ਅੱਜ ਕੱਲ ਨੀ ਘੋਲ ਕਰੇ ਕਰਦੇ ਹੈ, ਜੇ ਪਤਾ ਹੋਵਾ ਨਾ ਅਰ ਨੈੱਟ ਵਾ ਤੈਨੂੰ ਪਤਾ ਹੈ ਰੋਜ਼ ਤਾਂ ਦੱਸ ਰਹੇ ਵੀ ਮੀਂਹ ਪੜਨਾ। ਗੁਰੂ ਫੋਨ ਆ ਗਿਆ ਕਹਿੰਦੇ ਬਾਲ ਬੁਲ ਕਟਾ ਗਾ, ਮੈਂ ਕਿਹਾ ਚੱਲ ਫਿਰ ਕਹਿੰਦੇ ਰਾਸਤਾ ਖੁੱਲਾ ਉੱਧਰ ਲੰਘੇ ਦੇ। ਨਾ ਮੈਂ ਵੀ ਆਹ ਬਾਲ ਕਟਾਉਣੇ ਯਾਰ, ਬਾਲਾਂ ਦਾ ਬੁਰਾ ਹਾਲ ਹੋਇਆ ਬੜਾ, ਮੈਂ ਤਾਂ ਆਪ ਮੈਂ ਕੱਲ੍ਹ ਨਹੀਂ ਬਾਏ, ਮੈਂ ਚੱਲ ਰਾਜਪੁਰਾ ਜੂੰਗਾ, ਰਾਜਪੁਰਾ ਕਟਾਉਣੇ ਮੈਂ ਬਾਲ ਯਾਰ ਵਧੀਆ ਜੀ। ਬਾਰਸ ਦੇਖੋ ਮਿੱਤਰੋ ਕਿਸ ਤਰ੍ਹਾਂ ਪੜ ਰਹੀ ਆ, ਇੱਕ ਇਸੀ ਗੱਡੀ ਦਾ ਨਾ ਸਿੱਸਾ ਫਲੈਟ, ਮਤਲਬ ਪਹਿਲੀ ਗੱਡੀ ਦਾ ਮੇਰੇ ਫਲੈਟ ਤਾਂ ਉਸ ਬਸ ਸਿੱਧੀ ਲਗਾ ਦੀ ਕਣੀਆਂ, ਇਸ ਬਾਰ ਦੇਖੋ ਕਿਸ ਤਰ੍ਹਾਂ ਉੱਪਰ ਨੂੰ ਜਾ ਰਹੀ ਸਾਲੀ ਚੜੀ, ਕਿਆ ਵਾਈਪਰ ਵੀ ਨਾ ਚਲਾ, ਇਹ ਦੇਖ ਵਾਈਪਰ ਬੰਦ ਕਰਵਾ, ਸੋਹਣਾ ਲੱਗ ਰਿਹਾ ਹੈ ਨਾ। ਬਾਕੀ ਮਿੱਤਰੋ ਬਰਸਾਤ ਚੰਗੀ ਪੜ ਰਹੀ ਸੀ, ਇਹ ਆਪਣੇ ਦੋਨੋਂ ਕੰਮ ਹੋ ਗਏ, ਇੱਕ ਤਾਂ ਬਰਸਾਤ ਮਾਂ ਸਨ ਰੁਕ ਗਈ ਫਿਰ ਟੈਸਟਿੰਗ ਹੋ ਗਈ, ਹੈ ਜੇ ਵੀ ਨਹੀਂ ਚੋਰੀ ਉਹ ਫਿਰ ਤਾਂ ਨਹੀਂ ਚੋਣੇ ਗਿਆ ਇੰਨੀ ਬਰਸਾਤ ਮਾਂ, ਹੈ ਮਹਿੰਦਰ ਮਹਿੰਦਰਾ ਤਾਂ ਡਰ ਉਹੀ ਲਗਾ ਬਾਈ, ਕਦੀ ਉਹ ਚੂਹਾ ਨਾ ਸੇਬ ਪੜ ਗਿਆ ਬਾਈ, ਫਿਰ ਕੋਈ ਚੱਕਰ ਨਹੀਂ, ਮਨ ਤਾਂ ਹੀ ਖੋਲ੍ਹ ਕੇ ਚਲਾ ਰਹੇ ਤੇ ਵੀ ਜੇ ਕਦੀ ਕੋਈ ਹੋਇਆ ਰੌਲਾ ਹੈ ਤਾਂ ਠੀਕ ਆ ਬਾਈ, ਸਨ ਰੂਪ ਨਹੀਂ ਚੁੰਦੀ ਹੈ ਠੀਕ ਆ। ਮੀਂਹ ਸਾਲਾ ਬਾਦਮਾ ਪੜਾ ਬਾਈ, ਸਾਰੇ ਅੰਡਰ ਬ੍ਰਿਜ ਭਰੇ ਪੜੇ ਆ, ਪਰ ਤਾਂ 12 ਟਾਇਰੀ ਗੱਡੀ ਖੜੀ ਹੈ ਨਾ, ਡੁੱਬੀ ਖੜੀ ਯਾਰ, ਦੇਖ ਲੈ ਉਹ ਵੀ ਉਰੇ ਦਿਖ ਜਾਗਾ ਕਿੰਨਾ ਪਾਣੀ ਆ, ਦੇਖ ਤੈਨੂੰ ਦਿਖਾਗਾ, ਉਹ ਤੇ ਭਰਿਆ ਪੜਿਆ ਬਾਈ, ਬੱਦਲ ਵੀ ਘੂਰ ਰਿਹਾ ਹਾਲੀ ਤਾਂ ਬਾਈ, ਚਲੋ ਉੱਪਰ ਨੂੰ ਚਲੇ ਜਾਵਾਂਗੇ, ਉੱਪਰ ਵਾਲਾ ਪੁੱਲ ਚੱਲ ਰਿਹਾ ਹਜੇ, ਇੱਥੋਂ ਚੱਲ ਗਿਆ ਨਾ ਇੱਥੋਂ ਰਾਜਪੁਰ ਆਉਣਾ ਕਿਹੜਾ ਸੌਖਾ ਬਾਈ, ਅੰਡਰ ਬ੍ਰਿਜ ਮਾਰੇ ਵਾਲੀ ਸਾਈਡ ਤੋਂ ਜੇ ਦੋਨੋਂ ਲੱਗ ਰਹੇ ਨੇ ਅੰਡਰ ਬ੍ਰਿਜ ਬਾਈ, ਦੋਨੋਂ ਪਾਣੀ ਕੱਢਿਆ ਹੋਇਆ ਸਾਲਾ, ਉੱਪਰ ਨੂੰ ਘੁੰਮੋ ਤਲੇ ਨੂੰ ਘੁੰਮੋ, ਓਏ ਸ਼ੁਕਰ ਮੁੜ ਜਾ ਬਾਈ ਮੁੜ ਜਾ। ਲਓ ਮਿੱਤਰੋ ਆਪਣਾ ਨੋਰਮਲ ਕੰਮ ਤਾਂ ਨਿਬੜਿਆ, ਕਟਿੰਗ ਕੁਟਿੰਗ ਉਹ ਛੋਟੇ ਮੋਟੇ ਕੰਮ ਦੇ ਉਹ ਨਿਬੜੇ, ਇੱਕ ਬਾਈ ਕੇ ਕੱਪੜੇ ਲੈਣੇ ਆ, ਇੱਕ ਛੋਟਾ ਜਿਹਾ ਕੰਮ ਹੋਰ ਆ ਪਰ ਮੈਂ ਦੁਕਾਨ ਨਹੀਂ ਲੱਭ ਰਹੀ, ਬਗਾਨੇ ਸੈਰ ਗਏ ਹੋਈ ਪੰਗਾ ਹੈ ਨਾ, ਬੰਦਾ ਉਹ ਕਰਾਂ ਕਿਆ ਨਾ ਕਰਾਂ, ਇੱਕ ਨਾ ਚਲੋ ਬੈਠੇ ਤੇ ਕਹੀਂ ਯਾਰ ਨਾ ਨਵੇਂ ਮੁੰਡਿਆਂ ਵਾਂ ਪਤਾ ਨਹੀਂ ਕਿਆ, ਇੱਕ ਚੌੜਬਾਜੀ ਲਾ ਲਓ ਚਾ ਇੱਕ ਪਤਾ ਨਹੀਂ ਕਿਆ ਫੋਕਰੀ ਟੈਪ ਲਾ ਲਓ ਚਾ ਪਤਾ ਨਹੀਂ, ਲੋਕ ਸੱਚੀ ਮਾਈ ਦੇ ਨੇ ਤੰਗਾਂ ਵੀ ਨਸ਼ੇ ਦੇ ਬਿਨਾਂ ਉਹਨਾਂ ਦਾ ਸਰੀਰ ਚੱਲਦਾ ਹੀ ਨਹੀਂ ਹੈ ਵਿਸ਼ਾਲ, ਲੋਕ ਆਪਾਂ ਉਰੋ ਬੈਠੇ ਤੇ ਮਤਲਬ ਬਹੁਤ ਛੋਟੀ ਉਮਰ ਜਿਸ ਤਰ੍ਹਾਂ ਵਿਸ਼ਾਲ ਕੀ ਉਮਰ ਆ, ਛੋਕਰੇ ਨਾ ਚਲੋ ਆਪਾਂ ਨਸ਼ੇ ਕਾ ਵੀ ਨਾਮ ਲੈਂਦੇ ਹੈ, ਜੋ ਨੋਰਮਲ ਚਲੋ ਦੱਸ ਦਿਓ ਭੁੱਕੀ ਫੀਮਕਾ ਹੈ, ਉਹ ਕਹਿ ਰਿਹਾ ਉਹ ਮਾਲ ਖਾ, ਉਹ ਕਹਿ ਰਿਹਾ ਉਹ ਮਾਲ ਖਾ, ਦੱਸ ਕਿਆ ਉਮਰ ਉਹਨਗੀ, ਹੈਂ ਮੈਂ ਕਹਿਣ ਲੱਗਿਆ ਤਾ ਵੀ ਭੈਣ ਚੋ ਦੱਸ ਕਿਆ ਕਰਾਂਗੇ, ਸਿਰਫ ਉਹ ਪੱਟੀ ਮੇ ਸੋਰੀ ਗਾਣੇ ਗੀ ਬਾਈ, ਗਾਣਾ ਮੈਂ ਦੇਖ ਦੇਖ ਕਾ ਨਾ ਬਸ ਬਈ, ਕਾਲਾ ਮਾਲ ਖਾ ਲੇਂਗੇ ਨਿਊ ਖਾਰ ਲੇਂਗੇ ਵਾਹ ਕਰ ਲੇਂਗੇ, ਬਾਈ ਨੇ ਸ਼ੌਂਕ ਹੀ ਚੀਜ਼ਾਂ ਜਾਂ ਸ਼ੌਂਕ ਨੂੰ ਤਾਂ ਖਾਰੇ ਥਾਵੇਂ ਵਾ, ਇਹ ਸ਼ੌਂਕ ਨਹੀਂ ਥਾਰਾ ਹੋ ਰਿਹਾ, ਉਹ ਥਾਰਾ ਹੋ ਰਿਹਾ ਫੂਕਰ ਬਣਾ ਲੋਕਾਂ ਬਸ ਊਈ ਵਾਹ ਕਰਨੇ ਕਰਕਾ, ਵੀ ਦਹਿਸ਼ਤ ਬਣਾ ਗਈ ਮਾਰੀ ਆਮ ਨਿਊ ਖਾਰੇ ਵਾਹ ਖਾ ਰਹੇ, ਜੇ ਸਾਲਾ ਸ਼ੌਂਕ ਮਜ਼ਬੂਰੀਆਂ ਬਦਲ ਆ ਨਾ ਸਵਾਦ ਫਿਰ ਆਵਾ ਬਾਈ, ਕਿਆ ਭੋ ਵਿਖਾ ਫਿਰ ਪਤਾ ਲੱਗਾ ਵੀ ਕਿਆ ਕਿਆ ਨਹੀਂ, ਵੀਰੇ ਕੁਛ ਨਹੀਂ ਰੱਖਿਆ ਇਸ ਫੂਕਰੇ ਬਣੇ ਮਾਂ, ਚਾਹੇ ਜਿੰਨੇ ਵੀ ਮੈਂ ਚਲੋ ਗੱਲ ਨਹੀਂ ਕਰਦਾ, ਚਲੋ ਆਪਾਂ ਵੀ ਵੀਡੀਓ ਬਣਾ ਰਹੇ ਹਾਂ, ਚਲੋ ਆਪਣਾ ਵੀ ਚਲੋ ਯਾਰ ਇੱਕ ਫੈਸ਼ਨ ਪੈਸ਼ਨ ਹੋਵਾ ਉਹ ਵੀ ਕੋਈ ਚੀਜ਼ ਗਾ,
ਵੀ ਆਪਾਂ ਬਣਾ ਰਹੇ ਹਾਂ ਕੋਈ ਆਪਣਾ ਸ਼ੌਂਕ ਆ ਕੋਈ ਚੱਕਰ ਨਹੀਂ, ਠੀਕ ਆ ਵਧੀਆ ਵਾ ਤਾਂ। ਕੁਛ ਇਨਫਲੈਂਸਰ ਬਾਈ ਆਪਾਂ ਨਾਮ ਨਹੀਂ ਚਲੋ ਲੈਂਦੇ ਤਾਂ ਦੇਖੋ ਰਹੇ ਹੁਣੇ, ਉਹ ਨਾ ਮੰਨ ਕੇ ਚੱਲ ਸਨੈਪਾਂ ਲਾ ਲਓ ਵੀਡੀਓਮਾਂ ਵੀ ਸਵੇਰੇ ਉੱਠਾਂਗੇ, ਉਹ ਸਮਾਨ ਨਹੀਂ ਮਿਲਿਆ, ਜਮਾਲ ਨਹੀਂ ਖਿੜਿਆ ਐਰਾ ਵਗੈਰਾ। ਵੀਰੋ ਇਹਨਾਂ ਚੀਜ਼ਾਂ ਨੂੰ ਬਹੁਤ ਅਵੋਇਡ ਕਰੋ। ਕਿਆ ਰੱਖਿਆ ਇਹਨੂੰ, ਕਿਆ ਦਿਖਾਉਣਾ ਚਾਹ ਰਹੇ ਆਪਾਂ ਲੋਕਾਂ ਨੂੰ? ਕੋਈ ਚੰਗੀ ਸੇਜ ਦਿਓ ਵੀ ਹਾਂ, ਜਿਸ 'ਤੇ ਅਗਲਾ ਸੋਚਾਗਾ ਵੀ ਹਾਂ ਵੀ ਨਿਊ ਹੋਵਾਗਾ ਵਾਹ ਹੋਵਾਗਾ। ਚੰਗੀ ਸੇਜ ਦਿਓ ਆਪਣੀ ਨੌਜਵਾਨ ਪੀੜ੍ਹੀ ਨੂੰ, ਅੱਗਾ ਆਉਣ ਵਾਲੇ ਨੂੰ। ਕੋਈ ਚੱਜ ਕੀ ਘੱਟੋ ਘੱਟ ਚਲੋ ਜੇ ਥਾਂ ਆਪਾਂ ਚੰਗੀ ਨਹੀਂ ਕਿਸੇ ਨੂੰ ਦੇ ਸਕਦੇ ਤਾਂ ਮਾੜੀ ਵੀ ਨਾ ਕਿਸੇ ਨੂੰ ਲਾਓ ਬਾਈ। ਮਾੜੀ ਕਾ ਮਤਲਬ ਕਹਿਣੇ ਕਿ ਉਹ ਆਪਾਂ ਨਸਿਆਵਾਂ ਲਾਵਾਂ ਅਗਲੇ ਨੂੰ, ਕਹਾਂ ਨਿਊ ਸਰੀਰ ਟੁੱਟ ਰਿਹਾ ਵਾਹ ਟੁੱਟ ਰਿਹਾ, ਉਹਨੂੰ ਕੁਛ ਨਹੀਂ ਪਤਾ ਸਰੀਰ ਟੁੱਟਣੇ ਦਾ ਕਿਆ ਹੋਵਾ ਕਿਆ ਨਹੀਂ। ਨਵੀਂ ਪੀੜ੍ਹੀ ਨੂੰ ਉਹਨੂੰ ਕੁਛ ਨਹੀਂ ਪਤਾ ਹੈ, ਉਹ ਸਿਰਫ ਦੇਖ ਦਿਖਾਈਏ ਮਾਂ ਸਨੈਪਾਂ ਬਣੇ ਕੇ ਚੱਕਰ ਮਾਂ ਬਾਈ। ਇੱਕ ਸਨੈਪਚੈਟ ਨੇ ਬਿੜਾ ਕਰਦੇ ਸਨੈਪਾਂ ਬਣੇ ਕੇ ਚੱਕਰ ਮਾਂ, ਸਿਰਫ ਸਟੋਰੀ ਪਾਉਣੇ ਕੇ ਚੱਕਰ ਮਾਂ, ਮਾਲ ਲਿਆਦੇ ਵਾਹ ਕਰਦੇ, ਕੁਛ ਨਹੀਂ ਰੱਖਿਆ ਬਾਈ। ਮੈਂ ਇਹਨਾਂ ਚੀਜ਼ਾਂ ਨੂੰ ਬਹੁਤ ਦੇਖ ਰਿਹਾ, ਮੈਂ ਬੋਲਣੇ ਕੋਸ਼ਿਸ਼ ਕਿੱਦਣ ਦੇ ਬਾਈ ਤਰਬ ਦੱਸਾਂਗੇ। ਉਹ ਅੱਜ ਮੇਰੇ ਨੂੰ ਕੁਦਰਤੀ ਧਿਆਨ ਆ ਗਿਆ, ਬੰਦੇ ਕਰ ਰਹੇ ਜਮੀ ਨਿਆਣੇ ਨਿਆਣੇ ਜੇ ਬਸ ਲਾ ਲਓ ਕੁਛ ਮਾਰੇ ਉਮਰ ਕੇ ਦੇ ਯਾਰ, ਹੈਰਾਨੀ ਆ ਪਤਾ ਨਹੀਂ ਕਿਆ ਕਿੱਧਰ ਨੂੰ ਚੱਲ ਪੜੇ ਲੋਕ ਦੱਸ। ਕਿਆ ਭੈਣ ਚੋ ਸਰਦਾ ਨਹੀਂ, ਕਿਆ ਕੰਮ ਕਰ ਰਹੇ, ਕਿਆ ਹਾਲਾ ਮਾ ਜੁੜ ਰਹੇ ਬੰਦੇ ਬਾਈ। ਜਿਹੜਾ ਬੰਦਾ ਵਿਹਲਾ ਬੜਿਆ ਉਹਨੂੰ ਕਿਆ ਦੱਸ ਬਈ ਕਰਨੇ। ਚਲੋ ਜਿਹੜਾ ਲੱਗੇ ਦੇ ਪੁਰਾਣੇ ਬਾਈ ਲੱਗੇ ਦੇ ਕਾਣ, ਚਲੋ ਅਗਲੇ ਗਲਤੀਆਂ ਅਗਲੇ ਤੋਂ ਕਰ ਰਹੇ ਵੀ ਸੁਧਾਰ ਹੋ ਜਾ ਮਾਰਾ, ਪਰ ਅੱਗਾ ਨਵੇਂ ਜੀ ਬਿਲਕੁਲ 18-18 20-20 ਸਾਲ ਕੇ ਨਿਆਣੇ ਯਾਰ, ਛੋਟ ਦੋ ਇਹਨੂੰ ਗੱਲਾਂ ਨੂੰ, ਕੁਛ ਨਹੀਂ ਰੱਖਿਆ ਬਾਈ। ਦੇਖੀ ਵੀਰੇ ਦੇਖੀ, ਬਾਕੀ ਮਿੱਤਰ ਪਹੁੰਚ ਗਏ ਟਾਲੀ ਵਾਲੇ ਚੌਂਕ ਵਾ, ਕੱਪੜੇ ਦਵਾਵਾਂ ਬਾਈ ਨੂੰ। ਲਓ ਬਾਈ ਪਿੰਡ ਆ ਗਏ, ਤੇ ਬਾਈ ਵਿਸ਼ਾਲ ਕੇ ਪਿੰਡ ਆਏ, ਮੇਰਾ ਪਿੰਡ ਨਹੀਂ ਆਇਆ, ਵਿਸ਼ਾਲ ਕੇ ਪਿੰਡ ਆ ਗਿਆ। ਚਲੋ ਵਿਸ਼ਾਲ ਆ ਗਿਆ, ਮੇਰਾ ਵੀ ਆ ਜਾਣਾ, ਬਾਕੀ ਸਾਰੇ ਕੰਮ ਨਿਬੇੜ ਲਿਆ ਬਾਈ। ਜਾ ਉਹ ਕੱਪੜੇ ਰਹਿ ਗਏ ਯਾਰ ਉਸਕੇ, ਚੱਲ ਫਿਰ ਦੇ ਦੂੰਗਾ ਵਿਸ਼ਾਲ ਕੇ ਕੱਪੜੇ। ਦੇਖੋ ਨਹੀਂ ਭੁੱਲ ਗਿਆ, ਯਾਦ ਰਿਹਾ ਨਹੀਂ ਉਸਕੇ, ਘਰਾਂ 'ਤੇ ਲੈ ਜਾਗਾ ਕੱਲ੍ਹ ਕੁੱਲ ਨੂੰ ਜਾਂ ਸ਼ਾਮ ਨੂੰ। ਅੱਛਾ ਸ਼ਾਮ ਨੂੰ ਪੱਕਾ ਹੀ ਮਿਲਾਂ। ਵੀਡੀਓ ਵਧੀਆ ਲੱਗੀ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ, ਲਾਈਕ ਕਮੈਂਟ ਸ਼ੇਅਰ ਕਰ ਦਿਓ, ਥੈਂਕ ਯੂ। ਕਹੀਂ ਵੀ ਮਿਲੋ ਪਰ ਮਿਲਾਂਗੇ ਜ਼ਰੂਰ। ਹਾਂ ਕੋਈ ਬਾਹਰ ਅੰਦਰ ਆਵਾਂ ਤਾਂ ਗੱਲ ਕਿਆ ਕਹਿਣੀ, ਨਹੀਂ ਇਕੱਠੇ ਹੋਵਾਂ ਹੀ। ਲਓ ਬਾਈ ਜੀਰੀਆਂ ਦਾ ਨਾ ਇਹ ਬੁਰਾ ਹਾਲ ਹੋ ਗਿਆ, ਜਿਹੜੀ ਵੀ ਉਹ ਪੱਕੀ ਜੀਰੀ ਦੀ ਬਿਲਕੁਲ ਦੇਖੋ ਦੇਖੋ ਹਾਲ ਬਾਈ, ਸਾਰੀ ਜੀਰੀ ਗਿਰ ਗਈ, ਸਾਰਾ ਮੀਂਹ ਕਰਕੇ ਬਸ। ਬੰਦਾ ਦੱਸ ਕਿਆ ਕਰਾਂ ਕਿਆ ਨਹੀਂ, ਇਮਾ ਕਿਆ ਪੱਲਾ ਰਹਿ ਜਾ ਬਸ, ਜੀਰੀ ਜਦ ਗਿਰੀ ਨਹੀਂ ਉਹ ਕਿ ਪੱਲਾ ਥੋੜ੍ਹੀ ਕੁਛ ਰਹਿ ਗਿਆ, ਫਿਰ ਔਖਾ ਬਾਈ। ਬਾਕੀ ਮੈਂ ਤਾਂ ਖੇਤ ਤੱਕ ਵੀ ਨਹੀਂ ਗਿਆ, ਟਾਈਮ ਸਾਲਾ ਉਵੇਂ ਹੋ ਜਾ, 2 ਵਜਣੇ ਵਾਲੇ ਹੋ ਗਏ, ਸ਼ਾਮ ਨੂੰ ਜਾਊਂਗਾ 4 ਵਜੇ ਨਾ 2 ਘੜੀ ਰੈਸਟ ਕਰਕੇ, ਫਿਰ ਦਿਖਾਊਂਗਾ ਤੁਹਾਨੂੰ ਕਿਆ ਬਣ ਰਿਹਾ ਖੇਤ ਮਾਂ ਵੀ। ਬੁਰਾ ਹਾਲ ਹੋਇਆ ਪੜਿਆ ਯਾਰ ਖੇਤਾਂ ਨਾਲ, ਚਰੀ 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 ਵਾਲਾ ਬੰਦਾ ਵੱਢ ਵੁੱਢ ਲੈ, ਚਰੀ ਵਾਲਾ ਕੰਮ ਚੱਲ ਜਾ, ਫਿਰ ਫਸਲ ਵਾਲਾ ਔਖਾ ਬਾਈ, ਜਿੱਥੇ ਸਿਰ 'ਤੇ ਸਾਰਾ ਕੁਛ ਚੱਲਣਾ ਯਾਰ, ਉਹ ਔਖਾ ਲੱਗਾ ਥੋੜ੍ਹਾ ਜਿਹਾ ਵੀ ਨਾ ਯਾਰ ਗਲਤ ਹੋ ਗਿਆ ਕੰਮ ਬਹੁਤ ਜ਼ਿਆਦਾ। ਬਾਕੀ ਜਿਹੜੀ ਲੰਬੀ ਜੀਰੀਆਂ ਥੋੜ੍ਹੀ ਜਿਹੀ ਉਹ ਜ਼ਿਆਦਾ ਗਿਰ ਗਈ, 26 ਵਾਲੀ ਫਰਕ ਰਹਾਗਾ, ਆਮਨੇ ਹੀ ਖੜੀ ਹੈ 26 ਨਾ, ਇਹ 73-0 ਇੱਕ ਪਤਾ ਨਹੀਂ ਕਿਹੜੀ ਹੈ ਇਸ ਪਰ, ਇਹੋ ਵਾਲੀ ਬਚ ਰਹੀ ਹੈ ਬਾਈ। ਚਲੋ ਬਚੀ ਰਹਾ ਆਪਾਂ ਤਾਂ ਇਹੋ ਹੀ ਕਹਾਂ ਬਾਈ, ਨਾ ਕੁਛ ਹੋਵਾ ਯਾਰ।